ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ। ਔਰ ਅੱਜ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਇੱਕ ਵਾਰ ਫਿਰ ਤੋਂ GNK ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਗੁਰਪ੍ਰੀਤ ਸਿੰਘ ਜੀ। ਸੋ ਗੁਰਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਅੱਗੇ ਇਸ ਮੰਚ 'ਤੇ ਆ ਕੇ ਅਸੀਂ ਆਸਟ੍ਰੇਲੀਆ ਬਾਰੇ ਜ਼ਿਕਰ ਕਰਦੇ ਹਾਂ, ਕੈਨੇਡਾ ਬਾਰੇ ਜ਼ਿਕਰ ਕਰਦੇ ਹਾਂ। ਬਹੁਤ ਵੱਡੀ ਤਾਦਾਦ ਦੇ ਵਿੱਚ ਬੱਚੇ ਦੀ ਫੋਨ ਕਾਲਸ ਆਉਂਦੀਆਂ ਨੇ, ਸਵਾਲ ਜਵਾਬ ਕੀਤੇ ਜਾਂਦੇ ਨੇ। ਅੱਜ ਉਹਨਾਂ ਬੱਚਿਆਂ ਬਾਰੇ ਗੱਲਬਾਤ ਕਰਾਂਗੇ ਜਿਹੜੇ ਬੱਚਿਆਂ ਦਾ ਸਟੱਡੀ ਦੇ ਵਿੱਚ ਗੈਪ ਆ ਚੁੱਕਾ ਹੈ। 6 ਮਹੀਨੇ ਦਾ ਗੈਪ ਹੋਵੇ, ਚਾਹੇ 6 ਸਾਲ ਦਾ ਗੈਪ ਹੋਵੇ, ਚਾਹੇ 16 ਸਾਲ ਦਾ ਗੈਪ ਹੋਵੇ, ਕਿਹੜਾ ਮੁਲਕ ਆ ਯੂਰਪ ਦਾ ਜਿਹੜਾ ਬੱਚਿਆਂ ਨੂੰ ਹਜੇ ਵੀ ਐਡਮਿਸ਼ਨ ਦੇ ਰਿਹਾ ਸਟੱਡੀ ਵੀਜ਼ਾ 'ਤੇ? ਔਰ ਸਭ ਤੋਂ ਵੱਡੀ ਗੱਲ ਆ, ਵਿਦਿਆਰਥੀ ਵੀਜ਼ਾ 'ਤੇ ਜਾ ਕੇ ਬੱਚੇ ਕੰਮ ਕਿੱਥੇ ਕਰ ਸਕਦੇ ਨੇ, ਪੈਸਾ ਕਿੱਥੇ ਕਮਾ ਸਕਦੇ? ਅੱਜ ਮੈਂ ਆਪਣੀ ਅੱਖੀਂ ਵੇਖਿਆ ਕਿ ਬੱਚੇ 70-80 ਹਜ਼ਾਰ ਰੁਪਏ ਕਮਾ ਰਹੇ ਨੇ ਉਹਨਾਂ ਯੂਰਪ ਮੁਲਕਾਂ ਦੇ ਵਿੱਚ ਜਾ ਕੇ। ਸੋ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰਦੇ ਹਾਂ, ਉਸ ਤੋਂ ਬਾਅਦ ਪਰਤ ਬਾਏ ਪਰਤ ਅਸੀਂ ਭੇਤ ਖੋਲਦੇ ਨੇ ਕੰਟਰੀ ਦੇ, ਬੱਚੇ ਕਿਹੜੇ ਕਿਹੜੇ ਜਾ ਸਕਦੇ ਨੇ, ਕੀ ਕਰ ਸਕਦੇ ਨੇ, ਬੱਚਿਆਂ ਦੇ ਕੋਲ ਸੈਟਲਮੈਂਟ ਆਪਸ਼ਨਸ ਕੀ ਨੇ, ਇਹਨਾਂ ਗੱਲਾਂ ਬਾਰੇ ਚਰਚਾ ਕਰਾਂਗੇ GP ਸਿੰਘ ਹੁਣਾਂ ਨਾਲ, GNK ਓਵਰਸੀਜ਼ ਤੋਂ। GP ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਜੀ। ਸੋ ਆਸਟ੍ਰੇਲੀਆ ਦੀ ਆਪਾਂ ਜ਼ਿਕਰ ਕੀਤਾ ਸੀ, ਕੈਨੇਡਾ ਦਾ ਜ਼ਿਕਰ ਕੀਤਾ ਸੀ, ਬਿਲਕੁਲ। ਯੂਰਪ ਮੁਲਕਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚੋਂ ਯੂਰਪ 'ਚ ਬੱਚਾ ਜਾਣਾ ਚਾਹੁੰਦਾ ਹੈ, ਕਰੀਬ 60-70% ਲੋਕ, ਮੇਰੇ ਖਿਆਲ ਜੀ ਆਪਾਂ ਪਿੱਛੇ ਗੱਲ ਕਰ ਲਈਏ 10-15 ਸਾਲ ਪਹਿਲਾਂ, 60-70% ਲੋਕ ਅੱਜ ਦੀ ਡੇਟ ਵਿੱਚ ਵੀ ਯੂਰਪ 'ਚ ਜਾ ਕੇ ਵਸੇ ਹੋਏ ਨੇ, ਬਿਲਕੁਲ ਜੀ। ਚਾਹੇ ਉਹ ਸਾਈਪ੍ਰਸ ਹੋਵੇ, ਚਾਹੇ ਉਹ ਜਰਮਨ ਹੋਵੇ, ਚਾਹੇ ਉਹ ਇਟਲੀ ਹੋਵੇ, ਚਾਹੇ ਉਹ ਫਰਾਂਸ ਹੋਵੇ, ਚਾਹੇ ਉਹ ਸਪੇਨ ਹੋਵੇ, ਚਾਹੇ ਉਹ ਸਵਿਟਜ਼ਰਲੈਂਡ ਹੋਵੇ, ਬਿਲਕੁਲ ਜੀ। 60-70% ਲੋਕ ਇੱਥੇ ਜਾ ਕੇ ਆਲਰੇਡੀ ਰਹਿ ਰਹੇ ਨੇ। ਸੋ ਆਪਾਂ ਜਦੋਂ ਗੱਲ ਕਰਦੇ ਪਏ ਸੀ ਸ਼ੋ ਤੋਂ ਪਹਿਲਾਂ ਕਿ ਹਜੇ ਵੀ ਬੱਚਿਆਂ ਦੇ ਕੋਲ ਆਪਸ਼ਨ ਆ ਜਿਹਨਾਂ ਦਾ ਸਟੱਡੀ ਗੈਪ ਪੈ ਚੁੱਕਾ, ਉਹ ਯੂਰਪ 'ਚ ਜਾ ਸਕਦੇ ਨੇ। ਸੋ ਕੀ ਮੰਨਦੇ ਹੋ, ਬੱਚਿਆਂ ਦਾ ਅੱਜ ਦੀ ਡੇਟ ਵਿੱਚ ਯੂਰਪ 'ਚ ਜਾਣ ਦਾ ਸੁਪਨਾ ਪੂਰਾ ਹੋ ਸਕਦਾ, ਜਿਹੜੇ ਪੜ੍ਹਾਈ ਛੱਡ ਬੈਠੇ ਨੇ ਜਾਂ ਆਸ ਛੱਡ ਚੁੱਕੇ ਨੇ, ਸਾਡਾ ਵੀਜ਼ਾ ਨਹੀਂ ਲੱਗ ਸਕਦਾ? ਬਿਲਕੁਲ ਜੀ, ਮੈਂ ਗੱਲ ਸਿਰਫ ਉਹਨਾਂ ਬੱਚਿਆਂ ਦੀ ਕਰਦਾ ਜੋ ਬੱਚੇ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਜਾਂ US ਤੋਂ ਰਿਫਿਊਜ਼ ਬੱਚੇ ਆ, ਜਿਹਦਾ 5-7 ਸਾਲ ਦਾ ਗੈਪ ਹੈ, 10 ਸਾਲ ਦਾ ਗੈਪ ਹੈ, 15 ਸਾਲ ਦਾ ਗੈਪ ਆ, ਇੰਡੀਆ 'ਚ ਕੁਛ ਕਰ ਨਹੀਂ ਪਾ ਰਿਹਾ, ਜੋਬ ਨਹੀਂ ਮਿਲਦੀ, ਬਟ ਯੂਰਪ ਜਾਣ ਦਾ ਸੁਪਨਾ ਹੈ। ਕਿਸੇ ਬੱਚੇ ਦਾ ਸੁਪਨਾ ਜਰਮਨ ਪਹੁੰਚਣ ਦਾ, ਕਿਸੇ ਬੱਚੇ ਦਾ ਸੁਪਨਾ ਮੈਂ ਸਵਿਟਜ਼ਰਲੈਂਡ ਚਲੇ ਜਾਵਾਂ, ਬਟ ਉਹ ਜਾ ਨਹੀਂ ਪਾ ਰਿਹਾ। ਉਹਨਾਂ ਲਈ ਫਿਰ ਇੱਕ ਬਹੁਤ ਵਧੀਆ ਰਸਤਾ ਹੈਗਾ ਸਾਈਪ੍ਰਸ, ਜੋ ਕਿ ਯੂਰਪ ਦੀ ਪਲੱਸ ਪੁਆਇੰਟ ਦੀ ਗੱਲ ਕਰੀਏ ਬਹੁਤ ਖੂਬਸੂਰਤ ਅਤੇ ਠੰਡਾ ਮੁਲਕ ਹੈ, ਅਤੇ ਸਭ ਤੋਂ ਵੱਡੀ ਬੱਚੇ ਨੂੰ ਗੱਲ ਆਉਂਦੀ ਹੈ ਕਿ ਜੋਬਸ, ਉੱਥੇ ਜੋਬ ਨਹੀਂ ਮਿਲਦੀ, ਜੋਬ ਵੀ ਮਿਲਦੀ ਹੈ, ਚੰਗੇ ਕਾਲਜ 'ਚ ਤੁਸੀਂ ਪੜ੍ਹਾਈ ਕਰਦੇ ਹੋ, ਪੜ੍ਹਾਈ ਦੇ ਨਾਲ ਨਾਲ ਜੋਬ ਮਿਲਦੀ ਹੈ। ਅਗਰ ਮਾੜੇ ਕਾਲਜ ਪੜ੍ਹਾਈ ਕਰੋਗੇ ਜਾ ਕੇ, ਤਾਂ ਤੁਸੀਂ ਆਸਟ੍ਰੇਲੀਆ ਜਾਂ ਕੈਨੇਡਾ ਦੀ ਗੱਲ ਕਰ ਲਓ, ਉੱਥੇ ਵੀ ਤੁਹਾਨੂੰ ਵਰਕ ਪਰਮਿਟ 'ਚ ਅਤੇ ਜੋਬ 'ਚ ਪ੍ਰੋਬਲਮ ਆਉਣੀ। GP ਸਰ, ਆਪਾਂ ਜੇ ਸਾਈਪ੍ਰਸ ਦੀ ਗੱਲ ਕਰ ਲਈਏ, ਤੁਸੀਂ ਕਹਿ ਰਹੇ ਹੋ ਸਾਈਪ੍ਰਸ ਯੂਰਪ ਦਾ ਮੁਲਕ ਹੈ ਜਿਹੜਾ ਸਟੱਡੀ ਗੈਪ ਵਾਲੇ ਬੱਚਿਆਂ ਨੂੰ ਐਕਸੈਪਟ ਕਰ ਲੈਂਦਾ। ਹਰ ਇੱਕ ਮੁਲਕ ਦੇ ਵਿੱਚ ਜਿੱਥੇ ਬੱਚਾ ਪੜ੍ਹਨ ਜਾਣਾ ਚਾਹੁੰਦਾ ਹੈ, ਕੋਈ ਨਾ ਕੋਈ ਖਿੱਚ ਜ਼ਰੂਰ ਹੁੰਦੀ ਮੁਲਕ ਦੀ ਨਾ? ਹਾਂਜੀ। ਸਾਈਪ੍ਰਸ ਦੀ ਕੀ ਖਿੱਚ ਹੈ, ਕੀ ਸੋਚ ਕੇ ਬੱਚਾ ਸਾਈਪ੍ਰਸ ਆਵੇ? ਦੇਖੋ, ਸਾਈਪ੍ਰਸ 'ਚ ਗੱਲ ਕਰੀਏ ਤਾਂ ਇੱਕ ਤਾਂ ਬਹੁਤ ਠੰਡਾ ਮੁਲਕ ਹੈ ਸਾਈਪ੍ਰਸ, ਗਰਮੀ ਬਿਲਕੁਲ ਨਾ ਮਾਤਰ ਆਪਾਂ ਕਹਿ ਸਕਦੇ ਹਾਂ। ਦੂਜੀ ਗੱਲ, ਬੱਚਾ ਸਾਈਪ੍ਰਸ ਇਹ ਸੋਚ ਕੇ ਜਾਵੇ, ਮੈਂ ਸ਼ੋਅ 'ਚ ਸਟਾਰਟਿੰਗ 'ਚ ਹੀ ਕਹਿ ਰਿਹਾ ਕਿ ਬੱਚਾ 5-7-10-15 ਸਾਲ ਦਾ ਗੈਪ ਵਾਲਾ ਬੱਚਾ, ਜਿਹੜਾ ਬੱਚਾ ਕੁਛ ਕਰ ਨਹੀਂ ਪਾ ਰਿਹਾ ਇੰਡੀਆ 'ਚ, ਜਿਸ ਬੱਚੇ ਨੂੰ ਜੋਬ ਨਹੀਂ ਮਿਲ ਰਹੀ, ਉਹ ਬੱਚਾ ਸਾਈਪ੍ਰਸ ਅਪਲਾਈ ਕਰੇ, ਜਾਂ 2-3 ਵਾਰ ਕੈਨੇਡਾ ਤੋਂ ਰਿਫਿਊਜ਼ ਹੈ, ਆਸਟ੍ਰੇਲੀਆ ਤੋਂ ਰਿਫਿਊਜ਼ ਹੈ, ਨਿਊਜ਼ੀਲੈਂਡ ਤੋਂ ਰਿਫਿਊਜ਼ ਹੈ, ਉਹ ਬੱਚਾ ਸਾਈਪ੍ਰਸ 'ਚ ਜਾਵੇ। ਖਿੱਚ ਦੀ ਗੱਲ ਕਰੀਏ ਤਾਂ ਜੋਬਸ ਹੈਗੀ ਹੈ, ਫੈਕਟਰੀਜ਼ 'ਚ ਬਹੁਤ ਜੋਬ ਅਵੇਲੇਬਲ ਆ ਉੱਥੇ, ਮੇਰੇ ਬਹੁਤ ਸਟੂਡੈਂਟ ਭੇਜੇ ਹੋਏ ਆ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਅਗਰ ਜੋਬ ਦੀ ਗੱਲ ਕਰੀਏ। ਸੋ ਸਾਈਪ੍ਰਸ ਦੇ ਵਿੱਚ ਬੱਚਾ, ਚਲੋ ਪੜ੍ਹਾਈ ਤੋਂ ਪਹਿਲਾਂ ਸ਼ੁਰੂਆਤ ਕਰ ਲੈਂਦੇ, ਆਪਣਾ ਮੇਨ ਮੁੱਦਾ ਜਿਹੜਾ ਪੜ੍ਹਨ ਦਾ, ਘੱਟੋ ਘੱਟ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਪੰਜਾਬ ਦੇ ਵਿੱਚ, ਬੱਚਾ ਕਿੰਨਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ? +2 ਚਾਹੀਦਾ ਜੀ, ਬੱਚੇ ਨੇ +2 ਕੀਤੀ ਹੋਵੇ, 10-15 ਸਾਲ ਦਾ ਗੈਪ ਐਕਸੈਪਟੇਬਲ ਹੈ, ਉਹਦੇ ਕੋਲ ਉਹਦਾ ਪਾਸਪੋਰਟ ਬਣਿਆ ਹੋਵੇ, PCC ਦੀ ਰਿਕੁਆਇਰਮੈਂਟ ਹੁੰਦੀ ਹੈ, ਕੋਈ ਜ਼ਿਆਦਾ ਵੱਡੀ ਰਿਕੁਆਇਰਮੈਂਟ ਨਹੀਂ। ਸਭ ਤੋਂ ਵੱਡੀ ਗੱਲ ਆ ਫੀਸ ਆਫਟਰ ਵੀਜ਼ਾ, ਜੋ ਬੱਚੇ ਆਪਣੇ 2-2-3-3-4-4 ਲੱਖ ਰੁਪਏ ਵੇਸਟ ਕਰ ਚੁੱਕੇ ਆ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਵੱਡੀ ਕੰਟਰੀਜ਼ ਦੇ ਨਾਮ 'ਤੇ, ਉਹ ਬੱਚੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ, ਪੈਸਾ ਐਡਵਾਂਸ ਦੇਣ ਦੀ ਕੋਈ ਲੋੜ ਨਹੀਂ ਹੈਗੀ, ਸਾਡੇ ਆਫਿਸ ਵਿਜ਼ਿਟ ਕਰੋ, ਅਸੀਂ ਫੀਸ ਉਦੋਂ ਲਵਾਂਗੇ ਜਦੋਂ ਵੀਜ਼ਾ ਲੱਗ ਜੂਗਾ, ਆਲ ਫੀਸ ਆਫਟਰ ਵੀਜ਼ਾ ਜੀ। ਸੋ ਇਹਦੇ ਵਿੱਚ ਬੱਚਾ 12ਵੀਂ ਪਾਸ ਬੱਚਾ, ਤੁਸੀਂ ਕਿਹਾ ਜਾ ਸਕਦਾ, 12ਵੀਂ ਕੁਆਲੀਫਿਕੇਸ਼ਨ ਚਾਹੀਦੀ ਹੈ, ਸਟ੍ਰੀਮ ਚਾਹੇ ਕੋਈ ਵੀ ਹੋਵੇ, ਆਰਟਸ, ਮੈਡੀਕਲ, ਨੋਨ ਮੈਡੀਕਲ, ਕਮਰਸ, ਕੋਈ, ਬਿਲਕੁਲ ਕੋਈ ਵੀ ਸਟ੍ਰੀਮ ਹੋਵੇ ਜੀ। ਆਰਟਸ ਵਾਲੇ ਬੱਚੇ ਨੂੰ ਬਿਜ਼ਨਸ ਦਾ ਕੋਰਸ ਵੀ ਮਿਲ ਸਕਦਾ ਉੱਥੇ, ਹੋਸਪਿਟੈਲਿਟੀ ਦਾ ਕੋਰਸ ਵੀ ਮਿਲ ਸਕਦਾ, ਨੋਨ ਮੈਡੀਕਲ ਵਾਲੇ ਬੱਚੇ ਲਈ ਸਾਡੇ ਕੋਲ ਉੱਥੇ IT ਦੀ ਆਪਸ਼ਨਸ ਵੀ ਹੈਗੀ ਆ, ਜੋ ਬੱਚਾ ਕੁਛ ਥੋੜ੍ਹਾ ਜਿਹਾ ਪੜ੍ਹਨਾ ਚਾਹੁੰਦਾ। ਕੁਛ ਬੱਚੇ ਤਾਂ ਕਹਿੰਦੇ ਆ ਜੀ ਸਾਨੂੰ ਭੇਜ ਦਿਓ, ਅਸੀਂ ਪਹੁੰਚ ਜਾਈਏ, ਬਟ ਕੁਛ ਬੱਚੇ ਹੁੰਦੇ ਆ ਕਿ ਨਹੀਂ, ਮੇਰਾ 10 ਸਾਲ ਦਾ ਗੈਪ ਹੋ ਗਿਆ, ਬਟ ਅੱਜ ਮੇਰੇ ਮਨ 'ਚ ਆਇਆ ਕਿ ਮੈਂ ਪੜ੍ਹਾਂ ਨਹੀਂ। ਪਰ GP ਸਰ, ਜਿਹੜਾ ਸਾਈਪ੍ਰਸ ਆ, ਇਹ ਯੂਰਪ ਆ, ਯੂਰਪ ਦੇ ਵਿੱਚ ਪੈਂਦਾ? ਹਾਂਜੀ। ਪਰ ਇਹ ਸ਼ੈਨਗਨ 'ਚ ਨਹੀਂ ਪੈਂਦਾ? ਨਹੀਂ ਪੈਂਦਾ। ਸੋ ਬੱਚਾ ਕੀ ਸੋਚ ਕੇ ਯੂਰਪ ਜਾ ਰਿਹਾ? ਦੇਖੋ, ਜਦੋਂ ਬੱਚਾ ਯੂਰਪ ਜਾ ਰਿਹਾ, ਇੰਡੀਆ ਤੋਂ ਤੁਸੀਂ ਗੱਲ ਕਰ ਲਓ, ਯੂਰਪ ਜਾਣਾ ਬੱਚੇ ਨੇ, ਜਰਮਨੀ ਜਾਣਾ, ਉਹਨੂੰ ਇੰਟਰਵਿਊ ਫੇਸ ਕਰਨੀ ਪੈਣੀ ਆ, ਪਹਿਲਾਂ ਯੂਨੀਵਰਸਿਟੀ ਦੀ ਇੰਟਰਵਿਊ ਦਊਗਾ ਬੱਚਾ, ਉਸ ਤੋਂ ਬਾਅਦ ਅੰਬੈਸੀ ਦੀ ਇੰਟਰਵਿਊ ਦਊਗਾ ਬੱਚਾ, ਸਕਸੈਸ ਰੇਟ ਮਨੀਸ਼ ਜੀ ਤੁਹਾਨੂੰ ਵੀ ਪਤਾ ਹੀ ਹੈ, 50-50 ਸਕਸੈਸ ਰੇਟ ਹੈਗਾ, ਔਰ ਪੈਸਾ ਵੀ ਇਨਵੋਲਵ ਆ
ਕਾਲਜ ਯੂਨੀਵਰਸਿਟੀ ਆਪਣੀ ਫੀਸ ਲੈ ਲੈਂਦਾ, ਉਸ ਤੋਂ ਬਾਅਦ ਹੁੰਦਾ ਕਿ ਐਂਡ 'ਤੇ ਆ ਕੇ ਬੱਚਾ ਰਿਫਿਊਜ਼ ਹੋ ਜਾਂਦਾ, ਉਹੀ ਬੱਚੇ ਨੂੰ 60-70 ਹਜ਼ਾਰ ਰੁਪਏ ਦਾ ਲੋਸ ਹੋ ਜਾਂਦਾ। ਉਹ ਲੋਸ ਕਰਨ ਦੀ ਬਜਾਏ ਬੱਚਾ ਅਗਰ ਸਾਈਪ੍ਰਸ ਅਪਲਾਈ ਕਰਦਾ, ਸਾਈਪ੍ਰਸ 'ਚ ਉਹਦਾ ਨਾ ਤਾਂ ਕੁਛ ਐਡਵਾਂਸ ਲੱਗਣਾ, ਸਾਰੇ ਪੈਸੇ ਵੀਜ਼ੇ ਤੋਂ ਬਾਅਦ ਲੱਗਣੇ ਆ। ਦੂਜੀ ਗੱਲ ਪਲੱਸ ਪੁਆਇੰਟ ਇਹ ਹੈਗਾ, ਸਾਈਪ੍ਰਸ ਜਾਵੇ, ਸਾਈਪ੍ਰਸ ਪੜ੍ਹਾਈ ਕਰੇ, 1-2 ਸਾਲ ਲਾਵੇ, ਉਸ ਤੋਂ ਬਾਅਦ ਜਿਹੜੇ ਮਰਜ਼ੀ ਸ਼ੈਨਿੰਗਨ ਦੇ ਮੁਲਕ ਬੱਚਾ ਉੱਥੋਂ ਮੂਵ ਹੋ ਸਕਦਾ, ਕੋਈ ਪ੍ਰੋਬਲਮ ਨਹੀਂ ਆਉਂਦੀ ਬੱਚੇ ਜੀ। ਸੋ ਇਹਦੇ ਵਿੱਚ ਕੋਰਸ ਕਿੰਨੇ ਕੁ ਚਿਰ ਦਾ ਹੁੰਦਾ, ਕਿੰਨੇ ਕੁ ਚਿਰ ਬੱਚੇ ਨੂੰ ਪੜ੍ਹਨਾ ਪੈਂਦਾ ਹੈ, ਕਿੰਨੇ ਕੁ ਚਿਰ ਬੱਚੇ ਨੂੰ ਪੜ੍ਹਾਈ ਦੇ ਨਾਲ ਕੰਮ ਮਿਲ ਸਕਦਾ ਹੈ, ਜੇ ਇਹਦੀ ਗੱਲ ਕਰ ਲਈਏ, ਕੋਰਸਿਸ ਤਾਂ ਆਪਾਂ ਕਹਿ ਲਈਏ ਕਿ ਚਲੋ ਹੋਸਪਿਟੈਲਿਟੀ ਦੇ ਮਿਲ ਜਾਣਗੇ ਬੱਚੇ ਨੂੰ, ਸਾਲ ਦੇ ਵੀਜ਼ਾ ਮਿਲੂਗਾ ਜਾਂ? ਉਹ ਮੈਂ ਦੱਸ ਦੇਣਾ ਜੀ, ਕੋਰਸਿਸ ਦੀ ਗੱਲ ਕਰੀਏ ਤਾਂ ਕੋਰਸ ਇੱਥੇ ਆਈ ਟੀ ਦਾ ਵੀ ਅਵੇਲੇਬਲ ਹੈ, ਬੱਚੇ ਦਾ ਅਗਰ ਇੰਟਰਸਟ ਕੰਪਿਊਟਰ ਆਈ ਟੀ 'ਚ ਆ, ਆਈ ਟੀ ਦਾ ਕੋਰਸ ਵੀ ਹੈਗਾ, ਹੋਸਪਿਟੈਲਿਟੀ ਦਾ ਵੀ, 1 ਸਾਲ ਦਾ ਡਿਪਲੋਮਾ, 2 ਸਾਲ ਦਾ, 3 ਸਾਲ ਦੀ ਜਾਂ 4 ਸਾਲ ਦੀ ਡਿਗਰੀ ਵੀ ਅਵੇਲੇਬਲ ਹੈ ਅਗਰ ਬੱਚਾ ਪੜ੍ਹਨਾ ਚਾਹੁੰਦਾ। ਅਗਰ ਜੋਬ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਉੱਥੇ ਪਿੰਕ ਸਲਿੱਪ ਇਸ਼ੂ ਹੁੰਦੀ ਹੈ ਜੀ। ਪਰ ਜੀ ਪੀ ਸਰ, ਜਿਹੜਾ ਬੱਚਾ ਇੱਥੋਂ 10 ਸਾਲ ਦੇ ਗੈਪ ਦੇ ਨਾਲ ਜਾਂਦਾ ਜਾਂ 8-10 ਸਾਲ ਦੇ ਗੈਪ ਦੇ ਨਾਲ ਜਾਂਦਾ, ਤਾਂ ਪੰਜਾਬ ਦੇ ਵਿੱਚ ਕੁਛ ਨਹੀਂ ਕਰ ਪਾ ਰਿਹਾ, ਚਾਹੇ ਉਹ ਇੱਕ 12ਵੀਂ ਪਾਸ ਬੱਚੇ ਦੀ ਗੱਲ ਕਰ ਲਈਏ ਜਾਂ ਇੱਕ ਗ੍ਰੈਜੂਏਟ ਬੱਚੇ ਦੀ ਗੱਲ ਕਰ ਲਈਏ। ਉਹ 2-4-5 ਸਾਲ ਕੋਈ ਇੰਸ਼ੋਰੈਂਸ ਸੈਕਟਰ 'ਚ ਕੰਮ ਕਰਦਾ, ਕੋਈ ਆਪਣੇ ਪੇਰੈਂਟਸ ਨਾਲ, ਫਾਦਰ ਦੇ ਨਾਲ ਕੰਮ ਕਰ ਰਿਹਾ, ਕੋਈ ਡੇਅਰੀ 'ਤੇ ਕੰਮ ਕਰ ਰਿਹਾ, ਕੋਈ ਕਿਤੇ ਕੰਮ ਕਰਦਾ ਪਿਆ, ਉਹਨੂੰ 5-7 ਸਾਲ 10 ਸਾਲ ਬਾਅਦ ਉਹਨੂੰ ਲੱਗਦਾ ਕਿ ਮੈਂ ਇੱਥੇ, ਮੇਰਾ ਪੰਜਾਬ ਦੇ ਵਿੱਚ ਫਿਊਚਰ ਸੈੱਟ ਨਹੀਂ ਹੈ, ਮੈਂ ਕਿਸੇ ਮੁਲਕ 'ਚ ਚਲ ਜਾ, ਕਨੇਡਾ, ਆਸਟ੍ਰੇਲੀਆ, ਅਮਰੀਕਾ ਵਰਗੇ ਦੇਸ਼ ਉਹਨੂੰ ਐਕਸੈਪਟ ਨਹੀਂ ਕਰ ਰਹੇ, ਵੀਜ਼ੇ ਨਹੀਂ ਮਿਲਦੇ। ਉਹ ਬੱਚਾ ਫਿਰ ਕਹਿੰਦਾ ਕਿ ਚਲੋ ਮੈਂ ਯੂਰਪ ਚਲ ਜਾਵਾਂ, ਮੈਂ ਸਾਈਪ੍ਰਸ ਚਲ ਜਾਵਾਂ, ਉੱਥੇ ਜਾ ਕੇ ਪੜ੍ਹਾਈ ਵੀ ਕਰ ਲਾਂ ਅਤੇ ਉੱਥੇ ਜਾ ਕੇ ਕੰਮ ਵੀ ਕਰ ਲਾਂ। ਸੋ ਇੰਨੇ ਲੰਬੇ ਗੈਪ ਤੋਂ ਬਾਅਦ ਆਪਾਂ 10 ਸਾਲ ਜਾਂ 15 ਸਾਲ ਦੇ ਗੈਪ ਦੇ ਨਾਲ ਬੱਚਿਆਂ ਨੂੰ ਜਦੋਂ ਐਡਮਿਸ਼ਨ ਦਵਾਉਂਦੇ ਹਾਂ, ਕੀ ਲੱਗਦਾ ਕਿ ਉਹ ਆਈ ਟੀ ਦੇ ਕੋਰਸ, ਕੰਪਿਊਟਰ ਦੇ ਕੋਰਸ ਜਾਂ ਮੈਡੀਕਲ ਦੇ ਕੋਰਸ ਐਡਮਿਸ਼ਨ ਲੈ ਸਕਦੇ ਹੋ? ਦੇਖੋ ਮਨੀਸ਼ ਜੀ, ਮੈਂ ਉਹੀ ਗੱਲ ਕਰ ਰਿਹਾ ਨਾ, ਬੱਚੇ ਦੇ ਇੰਟਰਸਟ 'ਤੇ ਡਿਪੈਂਡ ਕਰਦਾ। ਤੁਸੀਂ ਇੱਕ ਗੱਲ ਕਹੀ ਹੈ, ਬੱਚਾ ਇੰਸ਼ੋਰੈਂਸ ਸੈਕਟਰ 'ਚ ਜੋਬ ਕਰਦਾ, ਇਟ ਮੀਨਸ ਉਹ ਸੇਲਸ ਕਰਦਾ, ਠੀਕ ਹੈ ਜੀ। ਉਹ ਬੱਚੇ ਨੂੰ ਸੇਲਸ ਦੀ ਨੌਲੇਜ ਹੈ, ਅਗਰ ਉਹ ਚਾਹੁੰਦਾ ਅੱਗੇ ਡਿਪਲੋਮਾ ਕਰ ਲਵੇ ਬਿਜ਼ਨਸ 'ਚ ਜਾਂ ਸੇਲਸ 'ਚ, ਸਾਡੇ ਕੋਲ ਅਵੇਲੇਬਲ ਹੈ ਸੇਲਸ 'ਚ, ਉਹਨੂੰ ਪਹਿਲੇ ਹੀ ਨੌਲੇਜ ਹੈ, ਅੱਗੇ ਸੇਲਸ ਦੀ ਪੜ੍ਹਾਈ ਕਰਦਾ ਤਾਂ ਉਹਨੂੰ ਬਹੁਤ ਵੱਡਾ ਪਲੱਸ ਪੁਆਇੰਟ ਮਿਲਣਾ। ਸਾਈਪ੍ਰਸ 'ਚ ਵੀ ਸੇਲਸ ਹੈਗੀ ਹੈ, ਯੂਰਪ 'ਚ ਪੜ੍ਹਾਈ ਕਰਨ ਦਾ ਫਾਇਦਾ ਹੈ ਕਿਉਂਕਿ ਬੱਚਾ ਕਿਤੇ ਕਿਤੇ ਨਿਕਲ ਜਾਂਦਾ ਜੀ। ਬਿਲਕੁਲ ਫਾਇਦਾ, ਯੂਰਪੀਅਨ ਕੰਟਰੀਜ਼ ਦੇ ਤੁਸੀਂ ਸਰਚ ਕਰਕੇ ਦੇਖੋਗੇ, ਯੂਨੀਵਰਸਿਟੀਜ਼ ਟੌਪ ਲੈਵਲ 'ਚ ਹੈਗੀਆਂ ਯੂਨੀਵਰਸਿਟੀਜ਼, ਅਗਰ ਆਪਾਂ ਸਟੱਡੀ ਦੀ ਗੱਲ ਕਰੀਏ, ਬਹੁਤ ਵਧੀਆ ਐਜੂਕੇਸ਼ਨ ਹੈ ਯੂਰਪ ਦੀ। ਉਸ ਤੋਂ ਬਾਅਦ ਤੁਹਾਡੀ ਫੈਮਿਲੀ ਲਈ ਬਹੁਤ ਜ਼ਿਆਦਾ ਫੈਸਿਲਿਟੀਜ਼ ਹੈਗੀਆਂ ਯੂਰਪ 'ਚ, ਤੁਹਾਡੀ ਫੈਮਿਲੀ ਨੂੰ ਵੀ ਸਹੂਲਤ ਮਿਲਦੀ ਹੈ, ਤੁਹਾਨੂੰ ਵੀ ਸਹੂਲਤ ਮਿਲਦੀ ਹੈ। ਅਗਰ ਵੱਡੇ ਮੁਲਕਾਂ ਦੀ ਗੱਲ ਕਰੀਏ, ਬੱਚਾ ਵੱਡੇ ਮੁਲਕ ਨਹੀਂ ਜਾ ਪਾਉਂਦਾ, ਆਸਟ੍ਰੇਲੀਆ, ਕੈਨੇਡਾ ਤੁਹਾਨੂੰ ਐਡਮਿਸ਼ਨ ਨਹੀਂ ਦੇ ਰਿਹਾ, ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ, ਛੋਟੇ ਮੁਲਕ ਤੁਸੀਂ ਜਾਓ ਨਾ, ਇੰਡੀਆ ਤੁਸੀਂ ਕੁਛ ਕਰ ਨਹੀਂ ਪਾਓਗੇ, ਉਸ ਚੀਜ਼ 'ਚ ਤੁਹਾਡਾ ਟਾਈਮ ਅਤੇ ਪੈਸਾ ਵੇਸਟ ਹੋ ਰਿਹਾ। ਸੋ ਖਰਚਾ ਕਿੰਨਾ ਕੁ ਹੋ ਜਾਂਦਾ ਲਗਭਗ ਗੱਲ ਕਰੀਏ, ਆਫਟਰ ਵੀਜ਼ਾ ਤੁਸੀਂ ਕਿਹਾ ਕਿਤੇ ਆਫਟਰ ਵੀਜ਼ਾ ਕੋਈ 10 ਲੱਖ ਮੰਗ ਰਿਹਾ, ਕੋਈ ਮੰਗਦਾ? ਨਹੀਂ 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 ਮਨੀਸ਼ ਜੀ, ਬਿਲਕੁਲ ਵੀ ਨਹੀਂ ਜੀ। ਆਫਟਰ ਵੀਜ਼ਾ ਦੀ ਗੱਲ ਕਰੀਏ, ਇਹਨਾਂ ਦੀ ਫੀਸ ਜੋ ਆਪਾਂ ਗੱਲ ਕਰ ਲਈਏ ਨੋਰਮਲ ਜੀ ਹੈ, 4600 ਯੂਰੋ ਦੇ ਕਰੀਬ ਇਹਦੀ ਫੀਸ ਹੈ ਜੋ ਆਫਟਰ ਵੀਜ਼ਾ ਜਾਣੀ ਹੈ, ਪਹਿਲਾਂ ਕੁਛ ਵੀ ਨਹੀਂ ਜਾਣਾ ਬੱਚੇ ਦਾ। 4600 ਯੂਰੋ ਫੀਸ ਜਾਣੀ, ਕੋਈ 3-3.5 ਲੱਖ ਬਸ ਇੰਨਾ ਕੁ ਖਰਚਾ ਆਉਣਾ ਜੀ। ਬਿਲਕੁਲ ਜੀ, ਕੋਈ ਵੱਡਾ ਪੈਕੇਜ ਨਹੀਂ ਹੈਗਾ ਜੀ, ਬੱਚੇ ਦੀ ਫੀਸ ਹੈ, ਬੱਚੇ ਨੇ ਵੀਜ਼ੇ ਤੋਂ ਬਾਅਦ ਭਰਨੀ ਹੈ। 3.5 ਲੱਖ ਰੁਪਏ ਲਾ ਕੇ ਬੱਚਾ ਜਾਂਦਾ, ਕਿਤੇ ਦਿਮਾਗ 'ਚ ਪੇਰੈਂਟਸ ਇਹ ਵੀ ਲਾਉਂਦਾ ਕਿ ਚਲੋ ਇੱਕ ਕੰਟਰੀ ਆ, ਯੂਰਪ ਦੀ ਕੰਟਰੀ ਆ, 3.5 ਲੱਖ ਲਾ ਕੇ ਬੱਚਾ ਮੇਰਾ ਪਹੁੰਚ ਗਿਆ, ਸ਼ਾਇਦ ਕਿਤੇ ਮਾੜੀ ਕੰਟਰੀ ਹੋਊਗੀ ਜਿੱਥੇ ਫੀਸਾਂ ਘੱਟ ਆ। ਨਹੀਂ, ਐਸਾ ਕੁਛ ਨਹੀਂ ਹੈ ਜੀ, ਉਹਨਾਂ ਦੀ ਰਿਕੁਆਇਰਮੈਂਟ ਹੀ ਇੰਨੀ ਕੁ ਫੀਸ ਦੀ, 1 ਸਾਲ ਦੀ ਫੀਸ ਆ ਬੱਚੇ ਦੀ, ਇਹ ਮਾੜਾ ਕੰਟਰੀ ਨਹੀਂ ਤੁਸੀਂ ਕਹਿ ਸਕਦੇ। ਮਨੀਸ਼ ਜੀ, ਮੈਂ ਪਹਿਲਾਂ ਵੀ ਉਹੀ ਗੱਲ ਕਰ ਰਿਹਾ ਕਿ ਅਸੀਂ ਉਸ ਬੱਚੇ ਨੂੰ ਇਨਵਾਈਟ ਕਰ ਰਹੇ ਹਾਂ ਜੋ ਬੱਚਾ ਇੰਡੀਆ 'ਚ ਕੁਛ ਨਹੀਂ ਕਰ ਪਾ ਰਿਹਾ, ਜਿਹਦਾ 10-15 ਸਾਲ ਦਾ ਗੈਪ ਹੈ, ਜੋ ਬੱਚਾ ਇੰਟੈਲੀਜੈਂਟ ਹੈ, ਜਿਹਦੇ 6-6.5 ਬੈਂਡ ਹੈ, ਉਸਨੂੰ ਨਹੀਂ ਮੈਂ ਇਨਵਾਈਟ ਕਰਦਾ ਪਿਆ। ਇਹ ਸਿਰਫ ਉਸ ਬੱਚੇ ਲਈ ਹੈ ਜਿਹੜਾ ਬੱਚਾ ਇੰਡੀਆ 'ਚ 5000 ਵੀ ਨਹੀਂ ਕਮਾ ਰਿਹਾ, 10000 ਨਹੀਂ ਕਮਾ ਰਿਹਾ, ਔਰ ਉਹ ਬੱਚਾ ਸਾਈਪ੍ਰਸ ਜਾ ਕੇ ਬੜੇ ਈਜ਼ੀਲੀ, ਗੱਲ ਕਰੀਏ ਤਾਂ 1000-1200 ਯੂਰੋ ਕਮਾ ਰਿਹਾ। ਕਿੰਨੇ ਜਾ ਚ ਕਮਾਉਂਦਾ 1000-1200 ਯੂਰੋ ਮੰਥਲੀ? ਅਗਰ ਮੰਥਲੀ ਗੱਲ ਕਰੀਏ, ਮੰਥਲੀ 1200 ਯੂਰੋ ਕਿਤੇ ਨਹੀਂ ਗਿਆ ਬੱਚੇ। ਇਹ ਬੱਚਾ ਕਾਨੂੰਨੀ ਰੂਪ ਵਿੱਚ ਕੰਮ ਕਰ ਸਕਦਾ? ਬਿਲਕੁਲ ਜੀ, ਹਫ਼ਤੇ 'ਚ 20 ਘੰਟੇ ਜੋਬ ਅਲਾਊਡ ਹੈ ਉੱਥੇ, ਔਰ ਸੈਟਰਡੇ ਸੰਡੇ ਬੱਚੇ ਫੁੱਲ ਟਾਈਮ ਜੋਬ ਕਰਦੇ ਆ। ਮੇਰੇ ਨਾਲ ਸਟੂਡੈਂਟਸ ਦੀ ਗੱਲ ਵੀ ਹੁੰਦੀ ਹੈ, ਕੋਈ ਅੱਜ ਦੇ ਨਹੀਂ, ਪਿਛਲੇ 2-3-4 ਸਾਲ ਤੋਂ ਸਟੂਡੈਂਟ ਭੇਜੇ ਹੋਏ ਆ, ਮੇਰੀ ਰੈਗੂਲਰ ਗੱਲ ਹੁੰਦੀ ਰਹਿੰਦੀ ਹੈ ਸਟੂਡੈਂਟਸ ਨਾਲ, ਔਰ ਇੱਦਾਂ ਦੇ ਸਟੂਡੈਂਟ ਹੈਗੇ ਆ ਜਿਨ੍ਹਾਂ ਨੇ ਉੱਥੇ ਲਾਇਸੈਂਸ ਬਣਵਾ ਲਏ, ਡਰਾਈਵਿੰਗ ਕਰਦੇ ਪਏ ਆ, ਉਹ ਜੋ ਡਰਾਈਵਿੰਗ ਕਰਦੇ ਆ ਉਹਨਾਂ ਦੀ 2200-2200 ਯੂਰੋ ਸੈਲਰੀ ਹੈ ਉਹਨਾਂ ਦੀ, ਉਹ ਬਹੁਤ ਵਧੀਆ, ਬਹੁਤ ਖੁਸ਼ ਹੈਗੇ ਸਟੂਡੈਂਟਸ। ਇਹਦੇ ਪੈਰਲਰ ਗੱਲ ਕਰੀਏ ਸਾਈਪ੍ਰਸ ਦੇ, ਇਹਦੇ ਪੈਰਲਰ ਕੰਟਰੀ ਆ ਜਾਂਦਾ ਸਿੰਗਾਪੁਰ, ਸਾਰਾ ਕੁਛ ਆਲਮੋਸਟ ਸੇਮ ਹੀ ਹੈਗਾ, ਉੱਥੇ ਵੀ ਫੀਸ ਆਫਟਰ ਵੀਜ਼ਾ, ਉੱਥੇ ਵੀ ਅਸੀਂ ਉਸੇ ਬੱਚੇ ਨੂੰ ਇਨਵਾਈਟ ਕਰਦੇ ਹਾਂ ਜੋ ਬੱਚੇ ਦਾ 10-15 ਸਾਲ ਦਾ ਗੈਪ ਆ, ਇੰਗਲਿਸ਼ ਆਇਲਸ ਨਹੀਂ ਕਰ ਸਕਦਾ, ਇੰਗਲਿਸ਼ ਨਹੀਂ ਬੋਲ ਪਾਉਂਦਾ, ਉਹ ਬੱਚਾ ਵੀ ਸਿੰਗਾਪੁਰ ਜਾ ਸਕਦਾ। ਔਰ ਇਹਦੇ 'ਚ ਸਭ ਤੋਂ ਵੱਡੀ ਖਾਸ ਗੱਲ ਇਹ ਹੈ, ਅਗਰ ਬੱਚਾ ਕਹਿੰਦਾ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਜਾਣਾ ਪਰ ਜਾ ਨਹੀਂ ਪਾ ਰਿਹਾ, ਉਹ ਸਿੰਗਾਪੁਰ ਦੇ ਰਾਹੀਂ ਪਾਥਵੇ ਪ੍ਰੋਗਰਾਮ ਲੈ ਸਕਦਾ, ਬਟ ਉਹਨੂੰ ਉੱਥੇ ਪੜ੍ਹਾਈ ਕਰਨੀ ਪੈਣੀ ਆ, ਇੰਗਲਿਸ਼ ਸਿੱਖਣੀ ਪੈਣੀ ਆ,
ਬੱਚਾ ਪੜ੍ਹਾਈ ਦੇ ਨਾਲ ਕਮਾਈ ਵੀ ਕਰ ਸਕਦਾ ਹੈ ਪਰ ਬੱਚਾ ਹੁਣ ਕਨਫਿਊਜ਼ ਹੋ ਗਿਆ ਨਾ ਬੱਚਾ ਸਿੰਗਾਪੁਰ ਜਾਵੇ ਕਿ ਸਾਈਪ੍ਰਸ ਜਾਵੇ ਦੇਖੋ ਜੀ ਦੋਨਾਂ ਦੇ ਆਪਣੇ ਆਪਣੇ ਵਿਊ ਹੈਗੇ ਆ ਸਿੰਗਾਪੁਰ ਆਪਣੀ ਜਗ੍ਹਾ ਸਾਈਪ੍ਰਸ ਆਪਣੀ ਜਗ੍ਹਾ ਮੈਂ ਉਹੀ ਗੱਲ ਦੱਸ ਰਿਹਾ ਜੋ ਬੱਚਾ ਕਹਿੰਦਾ ਮੈਂ ਆਸਟ੍ਰੇਲੀਆ ਜਾਣਾ ਕੈਨੇਡਾ ਜਾਣਾ ਨਿਊਜ਼ੀਲੈਂਡ ਜਾਣਾ ਉਸ ਬੱਚੇ ਲਈ ਤਾਂ ਪਾਥਵੇ ਪ੍ਰੋਗਰਾਮ ਸਿੰਗਾਪੁਰ ਤੋਂ ਹੀ ਮਿਲੇਗਾ ਬਟ ਉਸ ਬੱਚੇ ਨੂੰ ਪੜ੍ਹਾਈ ਕਰਨੀ ਪੈਣੀ ਆ ਇਹ ਪਾਥਵੇ ਮਿਲ ਜਾਂਦਾ ਅਸਲ ਬਿਲਕੁਲ ਮਿਲਦਾ ਜੀ ਬੱਚੇ ਰੋਂਦੇ ਬਹੁਤ ਸਿੰਗਾਪੁਰ 'ਚ ਕੰਮ ਨਹੀਂ ਮਿਲਦਾ ਜਾਂ ਪਾਥਵੇ ਨਹੀਂ ਮਿਲਦਾ ਮੇਰੇ ਨਾਲ ਗੱਲ ਕਰਾਓ ਜੀ ਕਿਹੜਾ ਬੱਚਾ ਕਹਿੰਦਾ ਜਿਹਨੂੰ ਜੋਬ ਨਹੀਂ ਮਿਲੀ ਮੈਂ ਭੇਜਿਆ ਬੱਚਾ ਨਹੀਂ ਭੇਜਿਆ ਅਗਰ ਕਿਸੇ ਦੂਜੇ ਤੀਜੇ ਕੰਸਲੈਂਟ ਨੇ ਵੀ ਭੇਜਿਆ ਹੋਇਆ ਬੱਚਾ ਤਾਂ ਸਾਨੂੰ ਦੱਸੋ ਅਸੀਂ ਜੋਬ ਲਵਾਵਾਂਗੇ ਸਿੰਗਾਪੁਰ 'ਚ ਹਾਂ ਇਹ ਗੱਲ ਜ਼ਰੂਰ ਹੈਗੀ ਹੈ ਕਿ ਪਹਿਲੇ 6 ਮਹੀਨੇ ਸਿੰਗਾਪੁਰ ਲੀਗਲੀ ਜੋਬ ਅਲਾਊਡ ਨਹੀਂ ਹੈਗੀ ਬਟ ਫਿਰ ਵੀ ਬੱਚਾ ਜੋਬ ਬੱਚੇ ਨੂੰ ਮਿਲ ਜਾਂਦੀ ਹੈ ਕਿਉਂਕਿ ਪੜ੍ਹਾਈ 2-3 ਘੰਟੇ ਹੁੰਦੀ ਹੈ ਡੇਲੀ ਦੀ ਉਸ ਤੋਂ ਬਾਅਦ ਬੱਚਾ ਸੈਟਰਡੇ ਸੰਡੇ ਫ੍ਰੀ ਹੈ ਉਹਨੂੰ ਪਾਰਟ ਟਾਈਮ ਜੋਬ ਮਿਲ ਜਾਂਦੀ ਆ ਅਗਲੇ 6 ਮਹੀਨੇ ਫੁੱਲ ਟਾਈਮ ਜੋਬ ਆ 6+6 ਕੋਰਸਿਸ ਚੱਲਦੇ ਆ ਅਗਰ ਸਿੰਗਾਪੁਰ 'ਚ ਸਕਸੈਸ ਹੋਣਾ ਤਾਂ ਤੁਹਾਨੂੰ ਹੋਸਪਿਟੈਲਿਟੀ 'ਚ ਜਾਂ ਫਿਰ ਰਿਟੇਲ ਮੈਨੇਜਮੈਂਟ ਦੇ ਕੋਰਸਿਸ ਹੈਗੇ ਆ ਉਹ 2 ਤਰ੍ਹਾਂ ਦੇ ਕੋਰਸਿਸ ਆ ਜਿਨ੍ਹਾਂ 'ਚ ਵਧੀਆ ਸਕਸੈਸ ਆ ਸਕਦਾ ਤੁਹਾਡਾ ਤੁਸੀਂ ਉਹਨਾਂ 'ਚ ਹੀ ਅਪਲਾਈ ਕਰੋ ਉਹਨਾਂ 'ਚ ਹੀ ਅੱਗੇ ਜੋਬ ਮਿਲਦੀ ਹੈ ਉਸ ਤੋਂ ਬਾਅਦ ਅਗਰ ਤੁਸੀਂ ਕਹਿੰਦੇ ਹੋ ਪਾਥਵੇ ਚਾਹੀਦਾ ਪਾਥਵੇ ਲਈ ਜੀ 2-3 ਰਿਕੁਆਇਰਮੈਂਟਸ ਹੈਗੀਆਂ ਬੱਚੇ ਦੀ ਅਟੈਂਡੈਂਸ ਬਹੁਤ ਜ਼ਰੂਰੀ ਆ ਬੱਚੇ ਦੇ ਪੇਪਰ ਕਲੀਅਰ ਹੋਣੇ ਬਹੁਤ ਜ਼ਰੂਰੀ ਆ ਜਿਹੜਾ ਬੱਚਾ ਜਾ ਕੇ ਪੜ੍ਹਦਾ ਹੀ ਨਹੀਂ ਉਹ ਬੱਚਾ ਤਾਂ ਭਾਵੇਂ ਇੰਡੀਆ ਹੋਵੇ ਭਾਵੇਂ ਸਿੰਗਾਪੁਰ ਹੈ ਉਹ ਕਿਤੇ ਵੀ ਨਹੀਂ ਜਾ ਪਾਊਗਾ ਸਿੰਗਾਪੁਰ ਤੋਂ ਵੀ ਨਹੀਂ ਜਾ ਪਾਊਗਾ ਬੱਚਾ ਪੜ੍ਹਾਈ ਕਰਨੀ ਹੀ ਪੈਣੀ ਜੀ ਸੋ ਪੜ੍ਹਨਾ ਪੈਣਾ ਹੈ ਸਟੱਡੀ ਕੈਬ ਦੇ ਨਾਲ ਐਡਮਿਸ਼ਨ ਮਿਲਦੀ ਹੈ ਇੱਕ ਸਿੰਗਾਪੁਰ ਅਤੇ ਸਾਈਪ੍ਰਸ ਤੁਹਾਨੂੰ ਇੱਕ ਆਪਸ਼ਨ ਦੇ ਰਿਹਾ ਇੱਕ ਮੌਕਾ ਦੇ ਰਿਹਾ ਸੁਧਰਨ ਦਾ ਸੁਧਰਨ ਤੋਂ ਭਾਵ ਇਹ ਕਿ ਜਿਹੜਾ ਤੁਹਾਡਾ ਸਟੱਡੀ ਦੇ ਵਿੱਚ ਗੈਪ ਪੈ ਚੁੱਕਾ ਉਹ ਗੈਪ ਨੂੰ ਘੱਟ ਕਰਨ ਦਾ ਖਤਮ ਕਰਨ ਦਾ ਹੁਣ ਬਹੁਤ ਸਾਰੇ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਧਾਰਨਾ ਹੁੰਦੀ ਹੋਊਗੀ ਕਿ ਮੈਂ ਤਾਂ 2012 ਦੇ ਵਿੱਚ ਜਾਂ 2010 ਦੇ ਵਿੱਚ 12ਵੀਂ ਕੀਤੀ ਸੀ ਅਤੇ ਕਰੀਬ 8-9 ਸਾਲ ਬਾਅਦ ਮੈਂ ਸਿੰਗਾਪੁਰ ਅਤੇ ਸਾਈਪ੍ਰਸ ਜਾ ਰਿਹਾ ਇਹ ਸਰਦਾਰ ਜੀ ਝੂਠ ਬੋਲਦੇ ਨੇ ਇਹ ਹੋ ਨਹੀਂ ਸਕਦਾ ਪੋਸੀਬਲ ਨਹੀਂ ਹੋ ਸਕਦਾ ਬਹੁਤ ਲੋਕ ਸੋਚਦੇ ਹੋਣਗੇ ਪਰ ਇੱਕ ਚੀਜ਼ ਇੱਥੇ ਧਿਆਨ ਦੇਣੀ ਹੋਊਗਾ ਕਿ ਜਿਹੜਾ ਵੀ ਤੁਸੀਂ ਸਿੰਗਾਪੁਰ ਦੇ ਵਿੱਚ ਜਾਂ ਫਿਰ ਸਾਈਪ੍ਰਸ ਦੇ ਵਿੱਚ ਜਾ ਕੇ ਪੜ੍ਹਾਈ ਕਰਦੇ ਹੋ ਅੱਜ ਤੁਸੀਂ 2010 ਜਾਂ 2012 ਪਾਸ ਹੋ 2012 ਪਾਸ ਬੱਚਾ ਜਦੋਂ ਸਿੱਧਾ ਕੈਨੇਡਾ 'ਚ ਐਡਮਿਸ਼ਨ ਲੈਣ ਜਾਂਦਾ ਤਾਂ ਕਰੀਬ ਉਹਨੂੰ 6-7 ਸਾਲ ਦਾ ਜਸਟੀਫਿਕੇਸ਼ਨ ਦੇਣੀ ਪੈਂਦੀ ਹੈ ਤੁਸੀਂ 2009 ਪਾਸ ਹੋ ਅੱਜ 2019 'ਚ ਆਪਾਂ ਬੈਠੇ ਹਾਂ 10 ਸਾਲ ਦੱਸਣਾ ਪੈਣਾ ਕਿ ਅਸੀਂ ਕੀਤਾ ਕੀ ਹੈ ਉਹ ਬੱਚੇ ਦੇ ਕੋਲ ਪਰੂਫ ਨਹੀਂ ਹੁੰਦੇ ਕੈਨੇਡਾ ਐਡਮਿਸ਼ਨ ਨਹੀਂ ਦਿੰਦਾ ਹੁਣ ਉਹ ਲੋਕ ਸੋਚ ਰਹੇ ਹੋਣਗੇ ਕਿ ਜਿਹੜਾ ਏਜੰਟ ਕੰਸਲਟੈਂਟ ਬੋਲ ਰਿਹਾ ਕਿ ਸਿੰਗਾਪੁਰ ਚਲ ਜਾਓ 2019 ਦੇ ਵਿੱਚ ਉਹ ਤੋਂ ਬਾਅਦ ਕੈਨੇਡਾ ਪਾਥਵੇ ਮਿਲ ਜਾਊ ਸੋ ਜੇ ਇੱਕ ਸਿੱਧਾ ਹੀ ਕੈਨੇਡਾ ਪਾਥਵੇ ਮਿਲਦਾ ਹੋਵੇ ਇੰਨਾ ਸੌਖਾ ਮਿਲਦਾ ਹੋਵੇ ਤਾਂ ਕਿਉਂ ਨਾ ਮੈਂ ਇੱਥੋਂ ਪੰਜਾਬ ਤੋਂ ਬੈਠ ਕੇ ਪਾਥਵੇ ਲੈ ਲਾਂ ਪਰ ਨਹੀਂ ਇੱਥੇ ਤੁਹਾਡੀ ਸੋਚ ਥੋੜ੍ਹੀ ਜਿਹੀ ਗਲਤ ਆ ਤੁਸੀਂ ਜਦੋਂ 2019 ਦੇ ਵਿੱਚ ਸਿੰਗਾਪੁਰ ਗਏ 2020 ਦੇ ਵਿੱਚ ਤੁਸੀਂ ਆਪਣਾ ਡਿਪਲੋਮਾ ਖਤਮ ਕੀਤਾ 2020 ਦੇ ਵਿੱਚ ਐਡਮਿਸ਼ਨ ਲੈ ਕੇ 2021 ਦੇ ਵਿੱਚ ਆਪਣਾ ਐਡਵਾਂਸ ਡਿਪਲੋਮਾ ਖਤਮ ਕੀਤਾ ਉਸ ਤੋਂ ਬਾਅਦ ਤੁਸੀਂ ਡਿਗਰੀ ਲਈ ਜਾਂ ਕਿਸੇ ਹੋਰ ਕੋਰਸ ਲਈ ਤੁਸੀਂ ਅਗਰ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਾਸਟ ਜਿਹੜਾ ਤੁਸੀਂ ਐਡਵਾਂਸ ਡਿਪਲੋਮਾ 2020 ਦੇ ਵਿੱਚ ਕੀਤਾ ਉਹਦੇ ਡਾਕੂਮੈਂਟਸ ਤੁਹਾਨੂੰ ਕੈਨੇਡਾ ਭੇਜਣੇ ਪੈਣਗੇ ਐਡਮਿਸ਼ਨ ਦੇ ਲਈ ਸੋ ਤੁਹਾਡੀ ਐਡਮਿਸ਼ਨ ਦੀ ਜਿਹੜੀ ਰਿਕੁਆਇਰਮੈਂਟ ਹੈ ਐਡਮਿਸ਼ਨ ਲਈ ਜਿਹੜੇ ਦਸਤਾਵੇਜ਼ ਹੋਣਗੇ 2021 ਵਾਲੇ ਚੱਲਣਗੇ ਜਿਹੜੇ ਐਡਵਾਂਸ ਡਿਪਲੋਮਾ ਤੁਸੀਂ ਸਿੰਗਾਪੁਰ 'ਚ ਕੀਤਾ ਹੈ ਉਹਨਾਂ ਨੇ 12ਵੀਂ ਵਾਲੇ ਡਾਕੂਮੈਂਟ ਜਿਹੜੇ 2010 'ਚ ਪਾਸ ਕੀਤੀ ਸੀ ਉਹ ਤੁਹਾਡੇ ਡਾਕੂਮੈਂਟ ਨਹੀਂ ਮੰਗਣੇ ਆ ਉਹਦੇ ਬਿਹਾਫ 'ਤੇ ਤੁਹਾਡੀ ਐਡਮਿਸ਼ਨ ਨਹੀਂ ਹੋਣੀ ਐਡਮਿਸ਼ਨ 2021 ਦੇ ਵਿੱਚ ਜਿਹੜਾ ਤੁਸੀਂ ਐਡਵਾਂਸ ਡਿਪਲੋਮਾ ਸਿੰਗਾਪੁਰ 'ਚ ਜਾ ਕੇ ਕੀਤਾ ਉਹਦੇ ਬਿਹਾਫ 'ਤੇ ਹੋਣੀ ਹੈ ਤਾਂ ਉੱਥੋਂ ਪਾਥਵੇ ਮਿਲਦੇ ਨੇ ਸੇਮ ਇਸੇ ਤਰ੍ਹਾਂ ਹੀ ਸਾਈਪ੍ਰਸ ਦੇ ਵਿੱਚ ਸਾਈਪ੍ਰਸ 'ਚ ਤੁਸੀਂ ਪੜ੍ਹ ਕੇ ਉਸ ਤੋਂ ਮਾਈਗ੍ਰੇਸ਼ਨ ਲੈ ਸਕਦੇ ਹੋ ਪਰ ਘੱਟੋ ਘੱਟ ਸਾਈਪ੍ਰਸ ਦੇ ਵਿੱਚ 1 ਸਾਲ ਦੀ ਪੜ੍ਹਾਈ ਤੁਹਾਡੇ ਕੋਲ ਜ਼ਰੂਰੀ ਹੋਣੀ ਚਾਹੀਦੀ ਹੈ 1 ਸਾਲ ਦੀ ਪੜ੍ਹਾਈ ਕਰਦੇ ਹੋ ਤਾਂ ਅਰਸਮਸ ਪ੍ਰੋਗਰਾਮ ਦੇ ਅਧੀਨ ਤੁਸੀਂ ਸਾਈਪ੍ਰਸ ਤੋਂ ਅੱਗੇ ਸ਼ੈਨਗਨ ਮੁਲਕ 'ਚ ਜਾ ਸਕਦੇ ਹੋ ਜੇ ਚਾਹੁੰਦੇ ਹੋ ਕਿ ਸਾਲ ਮੈਂ ਸਾਈਪ੍ਰਸ 'ਚ ਨਹੀਂ ਰਹਿਣਾ ਪਹਿਲਾਂ ਹੀ ਮੈਂ ਜਰਮਨ ਜਾਣਾ ਪਹਿਲਾਂ ਹੀ ਮੈਂ ਇਟਲੀ ਜਾਣਾ ਪਹਿਲਾਂ ਹੀ ਮੈਂ ਫਰਾਂਸ ਜਾਣਾ ਹੈ ਤਾਂ ਤੁਹਾਡੇ ਕੋਲ ਆਪਸ਼ਨ ਹੁੰਦੀ ਹੈ ਜਦੋਂ 1 ਸਮੈਸਟਰ ਦੀ ਤੁਹਾਡੀ ਸਟੱਡੀ ਖਤਮ ਹੋ ਜਾਂਦੀ 4 ਮਹੀਨੇ ਤੁਸੀਂ ਪੜ੍ਹ ਲੈਂਦੇ ਹੋ ਤਾਂ ਕਾਲਜ ਵਾਲੇ ਤੁਹਾਡਾ ਟੂਰਿਸਟ ਵੀਜ਼ਾ ਲਗਵਾ ਕੇ ਦਿੰਦੇ ਨੇ ਸ਼ੈਨਗਨ ਦਾ ਯੂਕੇ ਦਾ US ਦਾ ਜਿੱਥੋਂ ਤੁਸੀਂ ਐਲੀਜੀਬਿਲਟੀ ਬਣਦੀ ਹੈ ਸੋ ਲੋਕ ਸੋਚਦੇ ਹੋਣਗੇ ਕਿ ਸਾਈਪ੍ਰਸ ਜਿਹੜਾ ਕਾਲਜ ਆ ਉਹ ਸਾਨੂੰ NOC ਨਹੀਂ ਦਊਗਾ ਅਤੇ ਇੱਥੇ ਖੁਸ਼ ਹੋਣ ਵਾਲੀ ਗੱਲ ਹੈ ਖੁਸ਼ਖਬਰੀ ਹੈ ਕਿ ਤੁਹਾਡਾ ਵੀਜ਼ਾ ਜਿਹੜਾ ਅਪਲਾਈ ਹੋਣਾ ਉਹ ਕਾਲਜ ਹੀ ਅਪਲਾਈ ਕਰਕੇ ਦਊਗਾ ਜੇਕਰ ਚੰਗੇ ਕਾਲਜ 'ਚ ਜਾਓਗੇ ਸੋ GP ਜੀ ਸਾਈਪ੍ਰਸ ਦੇ ਵਿੱਚ ਵੀ ਲੋਕ ਕਹਿੰਦੇ ਕੰਮ ਨਹੀਂ ਮਿਲਦਾ ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਮਨੀਸ਼ ਜੀ ਦੇਖੋ ਕੰਮ ਦੀ ਗੱਲ ਕਰੀਏ ਤਾਂ ਕੰਮ ਉੱਥੇ ਬਿਲਕੁਲ ਸਾਈਪ੍ਰਸ 'ਚ ਹੈਗਾ ਦੇਖੋ ਜਿਹੜੇ ਬੰਦੇ ਨੇ ਨਹੀਂ ਕੰਮ ਕਰਨਾ ਉਹ ਅਮਰੀਕਾ ਜਾ ਕੇ ਵੀ ਰੋਂਦਾ ਉਹ ਆਸਟ੍ਰੇਲੀਆ ਜਾ ਕੇ ਵੀ ਕੋਈ ਗੱਲ ਬੋਲਦਾ ਕੈਨੇਡਾ ਜਾ ਕੇ ਵੀ ਕੰਮ ਨਹੀਂ ਮਿਲਦਾ ਔਰ ਜਿਹੜੇ ਬੰਦੇ ਨੇ ਕੰਮ ਕਰਨਾ ਜੀ ਉਹ ਬੰਦਾ ਦੁਬਈ 'ਚ ਵੀ ਕੰਮ ਕਰਦਾ ਪਿਆ ਉਹ ਬੰਦਾ ਸਾਈਪ੍ਰਸ 'ਚ ਵੀ ਕੰਮ ਕਰਦਾ ਪਿਆ ਸਾਈਪ੍ਰਸ 'ਚ ਬਹੁਤ ਤਰ੍ਹਾਂ ਦੀ ਜੌਬਸ ਅਵੇਲੇਬਲ ਹੈਗੀਆਂ ਅਗਰ ਕਿਸੇ ਬੱਚੇ ਨੂੰ ਜੌਬ ਨਹੀਂ ਮਿਲੀ ਸਾਡਾ TV ਸ਼ੋਅ ਦੇਖਦਾ ਪਿਆ ਸਾਡਾ ਨੰਬਰ ਚੱਲਦਾ ਪਿਆ ਨੀਚੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਦੀ ਜੌਬ 'ਚ ਹੈਲਪ ਕਰ ਦਾਂਗੇ ਜੀ ਔਰ ਸਾਈਪ੍ਰਸ ਲਈ ਇਨਟੇਕ ਕਿਹੜਾ ਹੋ ਜਾਵੇ ਕੋਈ ਅਪਲਾਈ ਕਰਨਾ ਦੇਖੋ ਜੀ ਆਪਣੇ ਕੋਲ ਹੁਣ ਸਪਟੰਬਰ ਇਨਟੇਕ ਚੱਲ ਰਿਹਾ ਉਸ ਤੋਂ ਬਾਅਦ ਜਨਵਰੀ ਇਨਟੇਕ ਹੈਗਾ ਅਤੇ ਸਿੰਗਾਪੁਰ ਦੀ ਇਨਟੇਕ ਦੀ ਗੱਲ ਕਰੀਏ ਤਾਂ ਮੰਥਲੀ ਇਨਟੇਕ ਚੱਲਦੇ ਰਹਿੰਦੇ ਆ ਆਪਣੇ ਕੋਲ ਪਰ ਮੰਥ ਇਨਟੇਕ ਹੈਗੇ ਆ ਸਿੰਗਾਪੁਰ 'ਚ ਵੀ ਤੁਸੀਂ ਚੰਗੇ ਕਾਲਜ 'ਚ ਅਪਲਾਈ ਕਰੋਗੇ ਤਾਂ ਹੀ ਤੁਹਾਨੂੰ ਪਾਥਵੇ ਮਿਲਣਾ ਕਿਸੇ ਮਾੜੇ ਧੂੜੇ ਕਾਲਜ 'ਚ ਪੜ੍ਹਨ ਲਈ ਜਾਓਗੇ ਤਾਂ ਪਾਥਵੇ ਨਹੀਂ ਮਿਲਣਾ ਅੱਛਾ ਇੱਕ ਚੀਜ਼ ਦੱਸੋ ਇਹਦੇ ਵਿੱਚ
ਸਪਾਊਸ ਨਾਲ ਨਹੀਂ ਜਾ ਸਕਦਾ। ਹਾਂ, ਅਗਰ ਤੁਸੀਂ ਇਕੱਠੇ ਜਾਣਾ ਚਾਹੁੰਦੇ ਹੋ, ਵੱਖਰੀ ਵੱਖਰੀ ਦੋਨਾਂ ਦੀ ਐਪਲੀਕੇਸ਼ਨ ਲੱਗਣੀ ਹੈ ਐਜ਼ ਆ ਸਟੱਡੀ ਵੀਜ਼ਾ, ਸਟੂਡੈਂਟ ਵੀਜ਼ਾ 'ਤੇ ਤੁਸੀਂ ਦੋਵੇਂ ਜਾਓਗੇ। ਉੱਥੇ ਜਾ ਕੇ ਅਗਰ ਤੁਹਾਡੀ ਕੋਈ ਸੈਟਿੰਗ ਬਣਦੀ ਹੈ ਤੁਸੀਂ ਕਰ ਸਕਦੇ ਹੋ, ਅਦਰਵਾਈਜ਼ ਇੰਡੀਆ ਤੋਂ ਸਪਾਊਸ ਵੀਜ਼ਾ ਨਹੀਂ ਹੁੰਦਾ ਦੋਨੋਂ ਕੰਟਰੀਆਂ। ਅੱਛਾ, ਆਪਾਂ ਸਿੰਗਾਪੁਰ ਦੀ ਅਤੇ ਸਾਈਪ੍ਰਸ ਦੀ ਗੱਲ ਕਰ ਲਈਏ। ਸਿੰਗਾਪੁਰ ਅਗਰ ਬੱਚਾ, ਤੁਸੀਂ ਕਹਿੰਦੇ 6 ਮਹੀਨੇ ਪਹਿਲੇ ਲੀਗਲੀ ਕੰਮ ਨਹੀਂ ਕਰ ਸਕਦਾ, ਹਾਂਜੀ, ਅਗਲੇ 6 ਮਹੀਨੇ ਬੱਚਾ ਕੰਮ ਕਰਦਾ ਉਹਨੂੰ ਜਿਹੜਾ ਓਜੀਟੀ ਮਿਲਦੀ ਹੈ, ਔਨ ਜੋਬ ਟ੍ਰੇਨਿੰਗ ਮਿਲਦੀ ਹੈ, ਕਿੰਨੇ ਕੁ ਪੈਸੇ ਕਮਾ ਲੈਂਦਾ 6 ਮਹੀਨੇ 'ਚ? ਦੇਖੋ ਜੀ, ਅਗਲੇ 6 ਮਹੀਨੇ ਦੀ ਗੱਲ ਕਰੀਏ, ਮਿਨੀਮਮ $800 ਹਰ ਬੱਚਾ ਕਮਾ ਲੈਂਦਾ। ਮੈਕਸੀਮਮ ਦੀ ਗੱਲ ਕਰੀਏ $2,200 ਤੱਕ ਜਾਂਦਾ ਇਹ ਪੇਰੀਅਡ ਜਾ ਕੇ, ਬਟ ਉਹ ਵੀ ਬੱਚੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿੱਦਾਂ ਦੀ ਜੋਬ ਕਰ ਰਹੇ ਹੋ। ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜੀ, ਬੱਚਾ ਕਹਿੰਦਾ ਸਿੰਗਾਪੁਰ ਸੈਟਲ ਨਹੀਂ ਹੁੰਦੇ, ਸਿੰਗਾਪੁਰ 'ਚ ਵੀ ਸੈਟਲਮੈਂਟ ਹੁੰਦੀ ਹੈ ਅਗਰ ਤੁਸੀਂ ਓਜੀਟੀ ਵਧੀਆ ਤਰੀਕੇ ਨਾਲ ਕਰਦੇ ਹੋ, ਚੰਗੀ ਕੰਪਨੀ 'ਚ ਕਰਦੇ ਹੋ, ਉਸ ਤੋਂ ਬਾਅਦ ਤੁਹਾਨੂੰ ਉੱਥੇ ਵੀ ਵਰਕ ਪਰਮਿਟ ਜਾਂ ਐਸ ਪਾਸ ਮਿਲਣ ਦਾ ਮੌਕਾ ਮਿਲਦਾ ਜ਼ਰੂਰ ਹੈ। ਅਗਰ ਤੁਸੀਂ ਮਿਹਨਤ ਨਾਲ ਕੰਮ ਕਰਦੇ ਹੋ ਤਾਂ ਸਾਰੀ ਸਾਈਪ੍ਰਸ 'ਚ ਸੈਟਲਮੈਂਟ ਹੋ ਜਾਂਦੀ ਹੈ, ਬਿਲਕੁਲ ਹੋ ਜਾਂਦੀ ਹੈ ਸਾਈਪ੍ਰਸ 'ਚ ਵੀ, 6 ਤੋਂ 7 ਸਾਲ ਰਹਿਣਾ ਪੈਂਦਾ, ਉਸ ਤੋਂ ਬਾਅਦ ਤੁਹਾਨੂੰ ਨੈਸ਼ਨੈਲਿਟੀ ਮਿਲ ਜਾਂਦੀ ਹੈ ਸਾਈਪ੍ਰਸ ਦੀ। ਅਤੇ ਬੱਚੇ ਕਿਉਂ ਇੱਥੇ ਸੋਸ਼ਲ ਸਾਈਟਸ 'ਤੇ ਆ ਕੇ ਕਹਿੰਦੇ ਨੇ ਕਿ ਸਾਨੂੰ ਕੰਮ ਨਹੀਂ ਮਿਲਦਾ, ਸਾਈਪ੍ਰਸ ਨਾ ਉਹ, ਸਾਈਪ੍ਰਸ ਕੁਛ ਨਹੀਂ ਹੈਗਾ? ਸੋ ਅਸੀਂ ਤਾਂ ਵਾਰ ਵਾਰ ਇਹੀ ਇੱਥੇ ਕਹਿੰਦੇ ਕਿ ਜੇਕਰ ਸਾਈਪ੍ਰਸ ਕੁਛ ਨਹੀਂ ਹੈਗਾ ਤਾਂ ਉਹ ਬੱਚੇ ਖੁਦ ਵਾਪਸ ਕਿਉਂ ਨਹੀਂ ਆ ਜਾਂਦੇ, ਆਪ ਕਿਉਂ ਉੱਥੇ ਬੈਠੇ ਹੋਏ? ਬਿਲਕੁਲ ਜੀ, ਵਾਪਸ ਕਿਉਂ ਨਹੀਂ ਆ? ਸਵਾਲ ਤੁਹਾਡੇ ਕੋਲ ਇਹ ਹੈ ਕਿ ਬੱਚੇ ਇੰਨੇ ਨੈਗੇਟਿਵ ਕਿਉਂ ਸਾਈਪ੍ਰਸ 'ਚ? ਐਸਾ ਤਾਂ ਕੁਛ ਨਹੀਂ ਹੈਗਾ ਜੀ, ਦੇਖੋ ਹੁੰਦਾ ਕੀ ਹੈ, ਮੇਨ ਬੱਚੇ ਨੂੰ ਇੱਕ ਨਾ ਕੈਨੇਡਾ ਇੱਕ ਭੇਡ ਚੱਲ ਦੀ ਗੱਲ ਕਰ ਲਈਏ ਨਾ, ਇੱਕ ਬਸ ਰੋਲਾ ਚੱਲਦਾ ਕਿ ਕੈਨੇਡਾ ਜਾਣਾ, ਕੈਨੇਡਾ ਜਾਣਾ। ਆਪਣੇ ਪੰਜਾਬੀਆਂ 'ਚ ਬਹੁਤ ਵੱਡੀ ਇਹ ਹੈਗੀ ਆ ਕਿ ਜਾਣਾ ਤਾਂ ਕੈਨੇਡਾ ਹੀ ਆ। ਪੁੱਤ ਨੇ ਕਹਿਣਾ ਬਾਪ ਨੂੰ, ਬਾਪੂ ਕੈਨੇਡਾ ਜਾਣਾ, ਪਿਓ ਨੇ ਵੀ ਪੁੱਤ ਨੂੰ ਕਹਿਣਾ ਪੁੱਤ ਕੈਨੇਡਾ ਹੀ ਜਾਣਾ, ਸਾਈਪ੍ਰਸ ਨਹੀਂ ਜਾਣਾ, ਸਿੰਗਾਪੁਰ ਨਹੀਂ ਜਾਣਾ। ਬਟ ਐਕਚੁਅਲ 'ਚ ਤੁਹਾਡੀ ਐਲੀਜੀਬਿਲਿਟੀ ਤਾਂ ਤੁਹਾਡੀ ਬਣਦੀ ਨਹੀਂ। ਅਗਰ ਤੁਸੀਂ ਐਲੀਜੀਬਲ ਹੋਵੋਗੇ ਕੈਨੇਡਾ ਲਈ ਤਾਂ ਹੀ ਕੈਨੇਡਾ ਜਾ ਪਾਓਗੇ, ਅਗਰ ਤੁਸੀਂ ਐਲੀਜੀਬਲ ਹੀ ਨਹੀਂ ਹੈਗੇ ਤਾਂ ਕਿੱਦਾਂ ਜਾ ਪਾਓਗੇ? ਤੁਹਾਨੂੰ ਬੈਸਟ ਆਪਸ਼ਨ ਇਹੀ ਮਿਲਦੀ ਹੈ ਕਿ ਤੁਸੀਂ ਪਾਥਵੇ ਰਾਹੀਂ ਜਾਓ, ਅਦਰਵਾਈਜ਼ ਤਾਂ ਜਾਣ ਦੀ ਵੀ ਕਿਤੇ ਲੋੜ ਨਹੀਂ ਪੈਣੀ। ਤੁਸੀਂ ਸਾਈਪ੍ਰਸ ਜਾਓਗੇ ਤੁਹਾਨੂੰ ਉੱਥੇ ਹੀ ਮੁਲਕ ਵਧੀਆ ਰਹੂਗਾ। ਮੇਰੇ ਭੇਜੇ ਹੋਏ ਸਟੂਡੈਂਟ ਪਿਛਲੇ 5-5, 6-6 ਸਾਲ ਤੋਂ ਰਹਿ ਰਹੇ ਆ, ਉਹਨਾਂ ਨੂੰ ਕੋਈ ਪਾਥਵੇ ਨਹੀਂ, ਕੋਈ ਕੁਛ ਨਹੀਂ, ਉੱਥੇ ਹੀ ਰਹਿ ਰਹੇ ਆ। ਮੈਂ ਨਹੀਂ ਕਹਿੰਦਾ ਬੱਚੇ ਅੱਗੇ ਨਹੀਂ ਗਏ, 20-25% ਸਟੂਡੈਂਟ ਅੱਗੇ ਵੀ ਗਏ ਆ, ਉਹਦੇ 'ਚੋਂ ਵਾਪਸ ਵੀ ਆਉਂਦੇ ਆ। ਮਨੀਸ਼ ਜੀ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਬੱਚੇ ਵਾਪਸ ਆਉਂਦੇ, ਵਾਪਸ 20 ਬੱਚੇ ਆਉਂਦੇ ਆ। ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ, ਜਿਹੜੇ ਬੱਚੇ ਨੇ ਨਹੀਂ ਰਹਿਣਾ ਉਹ ਅਮਰੀਕਾ ਤੋਂ ਵੀ ਵਾਪਸ ਆ ਜਾਂਦੇ ਆ, ਜਿਹੜੇ ਬੱਚੇ ਨੇ ਕੰਮ ਕਰਨਾ ਉਹ ਦੁਬਈ 'ਚ ਸਿੰਗਾਪੁਰ 'ਚ ਰਹਿ ਕੇ ਵੀ ਕੰਮ ਕਰ ਲੈਂਦੇ ਆ। ਸੋ ਅਗਰ ਸਾਈਪ੍ਰਸ ਤੋਂ ਬੱਚੇ ਨੇ ਮੂਵ ਕਰਨਾ ਹੈ, ਚਲੋ ਬੱਚਾ ਪੜ੍ਹਾਈ 'ਤੇ ਚੱਲ ਗਿਆ, ਪੜ੍ਹਾਈ ਤੋਂ ਬਾਅਦ ਬੱਚਾ ਕੰਮ ਵੀ ਕਰਦਾ, ਜੇ ਉਹ ਚਾਹੁੰਦਾ ਕਿ ਅੱਗੇ ਮੈਂ ਹੁਣ ਸ਼ੈਨਗਨ ਮੂਵ ਕਰ ਜਾਂ ਟੂਰਿਸਟ ਵੀਜ਼ਾ ਤਾਂ ਯੂਕੇ ਜਾਂ US ਚੱਲ ਜਾਂ, ਕਿੰਨੇ ਕੁ ਚਿਰ ਬਾਅਦ ਅਪਲਾਈ ਕਰ ਲਏ? ਦੇਖੋ ਜੀ, ਇੱਕ ਸਮੈਸਟਰ ਕੰਪਲੀਟ ਕਰਕੇ, 6 ਮਹੀਨੇ ਦਾ ਸਮੈਸਟਰ ਹੁੰਦਾ, 4 ਮਹੀਨੇ 'ਚ ਕੰਪਲੀਟ ਹੋ ਜਾਂਦਾ, 2 ਮਹੀਨੇ ਦੇ ਬੱਚੇ ਨੂੰ ਛੁੱਟੀਆਂ ਹੁੰਦੀਆਂ, ਉਹ 4 ਮਹੀਨੇ 'ਚ ਕਾਲਜ ਉਹਦੀ ਹੈਲਪ ਕਰਦਾ ਅਪਲਾਈ ਕਰਨ ਲਈ, ਉਹਨੂੰ ਤਾਂ ਕੋਈ ਲੋੜ ਹੀ ਨਹੀਂ ਪੈਣੀ ਉੱਥੇ ਜਾ ਕੇ। ਜੇ ਆਪਾਂ ਗੱਲ ਕਰੀਏ ਵੀ ਤੁਹਾਨੂੰ ਬੱਚੇ ਦੀ ਸਭ ਤੋਂ ਵੱਡੀ ਡਿਮਾਂਡ ਹੁੰਦੀ ਹੈ ਮੈਨੂੰ ਕਾਲਜ NOC ਨਹੀਂ ਦਊਗਾ, ਕਾਲਜ ਖੁਦ ਅਪਲਾਈ ਕਰਵਾ ਕੇ ਕਾਲਜ ਹੈਲਪ ਕਰਦਾ। ਫਿਰ ਇਹ ਤਾਂ ਬਹੁਤ ਵਧੀਆ ਆਪਸ਼ਨ ਬੱਚਿਆਂ ਕੋਲ ਸਾਈਪ੍ਰਸ ਦੀ, ਯੂਰਪ ਦੇ ਵਿੱਚ ਐਂਟਰੀ ਕਰਨ ਦੀ, ਕਿਉਂਕਿ ਬਿਨਾਂ ਇੱਥੇ ਕੋਈ ਆਈਲੈਟਸ ਚਾਹੀਦੇ ਨਹੀਂ, ਕੋਈ ਇੰਟਰਵਿਊ ਚਾਹੀਦੀ ਨਹੀਂ, ਸਟੱਡੀ ਗੈਪ ਲੈ ਲੈਂਦਾ ਹੈ, ਪੈਸੇ ਵੀਜ਼ਾ ਲੱਗਣ ਤੋਂ ਬਾਅਦ ਭੇਜਣੇ ਆ, ਉਹ ਇੱਕ ਤਰੀਕੇ ਨਾਲ ਯੂਰਪ ਬੱਚਾ ਪਹੁੰਚ ਗਿਆ। ਜੇ 3.5-4 ਲੱਖ ਰੁਪਏ ਲੈ ਕੇ ਚੱਲ ਗਿਆ ਬੱਚਾ ਯੂਰਪ ਪਹੁੰਚ ਗਿਆ, ਔਰ ਯੂਰਪ ਤੋਂ ਯੂਰਪ ਟ੍ਰਾਂਸਫਰ ਸੌਖਾ ਹੈ ਕਿਉਂਕਿ ਜਰਮਨ, ਫਰਾਂਸ, ਇਟਲੀ, ਸਪੇਨ ਇਹ ਵੀ ਯੂਰਪ ਦੇ ਵਿੱਚ ਹੀ ਆ। ਬਹੁਤ ਈਜ਼ੀ ਹੈ ਜੀ, ਇਹ ਸ਼ੈਨਗਨ 'ਚ ਮੰਨੇ ਜਾਂਦੇ ਆ ਜੀ, ਬਟ ਪਾਰਟ ਯੂਰਪ ਦਾ ਹੀ ਹੈ। ਬਹੁਤ ਈਜ਼ੀ ਬੱਚਾ ਮੂਵ ਹੋ ਸਕਦਾ, ਬੱਚੇ ਨੂੰ ਇਹ ਨਹੀਂ ਸੋਚਣ ਦੀ ਲੋੜ ਕਿ ਮੈਂ ਪਹਿਲੇ ਦਿਨ ਚਲੇ ਜਾਵਾਂ ਜਾ ਕੇ, ਪਹਿਲੇ ਦਿਨ ਨਹੀਂ, ਘੱਟੋ ਘੱਟ 4-5 ਮਹੀਨੇ ਬੱਚਾ ਉੱਥੇ। ਚਲੋ ਬੱਚਾ ਜੇ ਨਹੀਂ ਵੀ ਮੂਵ ਕਰਦਾ ਫਿਰ ਬੱਚਾ ਦੂਜੇ ਸਾਲ ਸਟੱਡੀ ਲੈ ਸਕਦਾ ਉੱਥੇ? ਬਿਲਕੁਲ ਜੀ, ਐਕਸਟੈਂਡੇਬਲ ਹੈ। ਮੈਂ ਤਾਂ ਕਹਿੰਦਾ ਇੱਥੇ ਤੋਂ ਲੈ ਕੇ ਜਾਓ ਇੰਡੀਆ ਤੋਂ, ਤੁਸੀਂ 3-4 ਸਾਲ ਦਾ ਕੋਰਸ ਲੈ ਲਓ ਇੰਡੀਆ ਤੋਂ ਹੀ, ਪਰ ਇੱਥੋਂ ਪੈਸੇ ਵੱਧ ਭਰਨੇ ਪੈਣੇ? ਬਿਲਕੁਲ ਨਹੀਂ ਭਰਨੇ ਪੈਣੇ ਜੀ ਮੁਨੀਸ਼ ਜੀ, ਫੀਸ 1 ਸਾਲ ਦੀ ਹੀ ਭਰਨੀ ਹੈ ਕੋਰਸ, ਭਾਵੇਂ ਤੁਸੀਂ 4 ਸਾਲ ਦਾ ਲੈ ਲਓ, ਮੈਕਸੀਮਮ 4 ਸਾਲ ਦੀ ਡਿਗਰੀ ਹੈ ਉੱਥੇ। ਅਗਰ ਤੁਸੀਂ 4 ਸਾਲ ਦਾ ਵੀ ਕੋਰਸ ਲੈਣੇ ਹੋ, ਫੀਸ ਇੱਥੋਂ 1 ਸਾਲ ਦੀ ਹੀ ਜਾਣੀ ਆ। ਅਗਰ ਤੁਸੀਂ ਉਹਨੂੰ ਐਕਸਟੈਂਡ ਕਰਵਾਓਗੇ ਤੁਹਾਡੀ ਮਰਜ਼ੀ ਆ, ਤੁਸੀਂ ਉੱਥੋਂ ਮੂਵ ਹੋ ਜਾਓਗੇ। ਅਦਰਵਾਈਜ਼ ਇੱਕ ਆਪਸ਼ਨ ਹੋਰ ਵੀ ਹੈਗੇ, ਤੁਸੀਂ ਟੂਰਿਸਟ ਵੀਜ਼ਾ ਨਹੀਂ ਲੈਣਾ, ਤੁਸੀਂ ਕਹਿੰਦੇ ਮੈਂ ਪੜ੍ਹਾਈ ਕੰਪਲੀਟ ਕਰਨੀ ਹੈ 1 ਸਾਲ ਦਾ ਜਾਂ 2 ਸਾਲ ਦਾ ਡਿਪਲੋਮਾ ਕਰਕੇ, ਮੈਂ ਪਾਥਵੇ ਪ੍ਰੋਗਰਾਮ ਰਾਹੀਂ ਅੱਗੇ ਜਾਵਾਂ, ਤੁਸੀਂ ਸਾਈਪ੍ਰਸ 1 ਸਾਲ ਪੜ੍ਹ ਲਓ, ਉੱਥੇ ਵੀ ਇੱਦਾਂ ਦੇ ਕਾਲਜ ਯੂਨੀਵਰਸਿਟੀਜ਼ ਹੈ, 1-2 ਸਾਲ ਤੋਂ ਬਾਅਦ ਤੁਹਾਨੂੰ ਆਪਣੇ ਤੁਹਾਡੇ ਡੈਸਟੀਨੇਸ਼ਨ 'ਤੇ ਪਾਥਵੇ ਮਿਲੂਗਾ। ਤੁਹਾਨੂੰ ਤੁਸੀਂ ਜਰਮਨ ਜਾਣਾ, ਤੁਹਾਨੂੰ ਜਰਮਨ 'ਚ ਅੱਗੇ ਐਡਵਾਂਸ ਡਿਪਲੋਮਾ 'ਚ ਐਡਮਿਸ਼ਨ ਮਿਲ ਜੂਗੀ, ਡਿਪਲੋਮਾ ਡਿਪਲੋਮਾ ਸਾਈਪ੍ਰਸ 'ਚ ਕਰੋਗੇ, ਐਡਵਾਂਸ ਡਿਪਲੋਮਾ ਜਰਮਨ 'ਚ ਕਰੋਗੇ। ਇੱਕ ਚੀਜ਼ ਹੋਰ, ਇੱਕ ਆਖਰੀ ਸਵਾਲ ਪੁੱਛਣਾ ਚਾਹੂੰਗਾ ਕਿ ਸਾਈਪ੍ਰਸ ਦੇ ਵਿੱਚ ਡਿਪੈਂਡ ਕਰਦਾ ਕਿ ਬੱਚਾ ਕਿਹੜੇ ਕਾਲਜ 'ਚ ਜਾ ਰਿਹਾ, ਕਿਹੜੀ ਲੋਕੇਸ਼ਨ 'ਤੇ ਜਾ ਰਿਹਾ, ਬੱਚੇ ਨੂੰ ਕੰਮ ਦਾ ਕੋਈ ਫਰਕ ਪੈਂਦਾ ਇਹਦੇ ਵਿੱਚ? ਬਿਲਕੁਲ ਫਰਕ ਪੈਂਦਾ ਜੀ, ਜੋਬ ਮਿਲਣੀ ਹੀ ਕਾਲਜ 'ਤੇ ਡਿਪੈਂਡ ਕਰਦੀ ਹੈ। ਬੱਚਾ ਰੋਂਦਾ ਕਿਉਂ ਆ ਜਦੋਂ ਬੱਚੇ ਨੂੰ ਇੱਥੋਂ ਮਾੜੇ ਕਾਲਜ ਭੇਜ ਦਿੱਤਾ ਜਾਂਦਾ ਏਜੰਟਸ ਵੱਲੋਂ, ਆਪਣੇ ਪੈਸੇ ਕਮਾਉਣ ਦੇ ਲਾਲਚ ਕਰਕੇ ਬੱਚੇ ਨੂੰ ਮਾੜੇ ਕਾਲਜ ਭੇਜਿਆ ਜਾਂਦਾ, ਔਰ ਮਾੜੇ ਕਾਲਜ 'ਚ ਜਾ ਕੇ ਤੁਹਾਨੂੰ ਪਹਿਲੀ ਗੱਲ ਪਿੰਕ ਸਲਿੱਪ ਨਹੀਂ ਇਸ਼ੂ
ਉਹਨੂੰ ਪਿੰਕ ਸਲਿਪ ਤਾਂ ਕਿ ਉਹਦੀ ਪੜ੍ਹਾਈ ਵੀ ਉੱਥੇ ਉਹਨੂੰ ਟੀਚਰ ਵੀ ਨਹੀਂ ਮਿਲਣਾ ਅੱਗੇ ਉਹਨੂੰ ਤਾਂ ਉਹਦੇ ਕਲਾਸਰੂਮ ਹੀ ਨਹੀਂ ਪਤਾ ਲੱਗਣੇ ਕਿੱਦਾਂ ਦੇ ਕਲਾਸਰੂਮ ਆ ਛੋਟੇ ਛੋਟੇ ਕਾਲਜ ਹੋਣਗੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਵਧੀਆ ਤੋਂ ਕਹਿਣ ਦਾ ਮਤਲਬ ਵੀ ਕੁਆਲਿਟੀ ਕਾਲਜਿਸ ਦੀ ਮੈਂ ਗੱਲ ਆਖਰੀ ਸਵਾਲ ਸਾਈਪ੍ਰਸ ਦੇ ਵਿੱਚ ਗ੍ਰੀਕ ਮੈਕਸੀਮਮ ਚੱਲਦੀ ਹੈ ਨਾ ਇੱਥੋਂ ਬੱਚਾ ਜਦੋਂ ਪੰਜਾਬੀ ਬੱਚਾ ਜਾਂਦਾ ਹੈ ਉਹਨੂੰ ਗ੍ਰੀਕ ਲੈਂਗੁਏਜ ਨਹੀਂ ਆਉਂਦੀ ਕੀ ਉੱਥੇ ਉਹਨੂੰ ਪ੍ਰੋਬਲਮ ਨਹੀਂ ਆਉਂਦੀ ਬੱਚੇ ਨੂੰ ਇੱਡੀ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਬਟ ਬੱਚਾ ਹੌਲੀ 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 ਸਿੱਖ ਜਾਂਦਾ ਰਹਿਣ ਸਹਿਣ ਨਾਲ ਬਹੁਤ ਫਰਕ ਪੈਂਦਾ ਸਿੱਖਣੀ ਪੈਂਦੀ ਹੈ ਲੈਂਗੁਏਜ ਲੈਂਗੁਏਜ ਸਿੱਖਣ ਤੋਂ ਬਾਅਦ ਬੱਚੇ ਨੂੰ ਪਲੱਸ ਪੁਆਇੰਟ ਇਹ ਹੈ ਕਿ ਅਗਰ ਵਿਦਾਊਟ ਲੈਂਗੁਏਜ ਉਹ 1200 ਯੂਰੋ ਕਮਾਰੇ ਜਦੋਂ ਲੈਂਗੁਏਜ ਸਿੱਖ ਲੂਗਾ ਸਿੱਧੇ 2400 ਯੂਰੋ ਮੇਰੇ ਖਿਆਲ ਕਾਲਜ ਜਿਹੜਾ ਇੱਕ ਦੋ ਕਾਲਜ ਆਪਾਂ ਗੱਲ ਕਰ ਰਹੇ ਸੀ ਤੁਸੀਂ ਪ੍ਰਮੋਟ ਕਰਦੇ ਹੋ ਹਾਂਜੀ ਉਹ ਲੈਂਗੁਏਜ ਕੋਰਸ ਵੀ ਫ੍ਰੀ ਕਰਾਉਂਦੇ ਬਿਲਕੁਲ ਕਰਾਉਂਦੇ ਆ ਜੀ ਫ੍ਰੀ ਤੁਹਾਨੂੰ ਨਾਲ ਦੀ ਨਾਲ ਕੋਰਸ ਦੇ ਨਾਲ ਨਾਲ ਤੁਹਾਨੂੰ 2 ਘੰਟੇ ਦੀ ਕਲਾਸ ਦਿੱਤੀ ਜਾਂਦੀ ਹੈ ਤੁਸੀਂ ਫ੍ਰੀ 'ਚ ਐਜੂਕੇਸ਼ਨ ਲੈ ਸਕਦੇ ਹੋ ਲੈਂਗੁਏਜ ਦੀ ਜੀ ਸੋ ਦਰਸ਼ਕਾਂ ਦੱਸਦੇ ਕਿ GNK ਓਵਰਸੀਜ਼ ਤੋਂ ਵੀਜ਼ਾ ਐਕਸਪਰਟ GP ਸਿੰਘ ਜੀ ਸਾਡੇ ਨਾਲ ਇਸ ਮੰਚ ਤੇ ਗੱਲਬਾਤ ਕਰ ਰਹੇ ਸੀ ਖਾਸ ਤੌਰ ਤੇ ਉਹ ਬੱਚੇ ਜਿਹੜੇ ਪੰਜਾਬ ਤੋਂ ਯੂਰਪ ਜਾਣਾ ਚਾਹੁੰਦੇ ਨੇ ਸਟੱਡੀ ਦੇ ਵਿੱਚ 2 4 6 10 ਸਾਲ ਦਾ 15 ਸਾਲ ਦਾ ਗੈਪ ਵਿੱਚ ਉਹ ਵੀ ਯੂਰਪ ਜਾ ਸਕਦੇ ਨੇ ਪੈਸਾ ਖਰਾਬ ਕਰ ਚੁੱਕੇ ਹੋ ਸਮਾਂ ਖਰਾਬ ਕਰ ਚੁੱਕੇ ਹੋ ਯੂਰਪ ਜਾਣਾ ਚਾਹੁੰਦੇ ਹੋ ਪੈਸੇ ਉਦੋਂ ਦੇਣਾ ਚਾਹੁੰਦੇ ਜਦੋਂ ਵੀਜ਼ਾ ਲੱਗ ਗਿਆ ਤਾਂ GNK ਓਵਰਸੀਜ਼ ਨੂੰ ਸੰਪਰਕ ਕਰ ਸਕਦੇ ਹੋ ਜਾ ਕੇ ਤੁਸੀਂ 1200 ਯੂਰੋ ਕਮਾਉਣਾ ਚਾਹੁੰਦੇ ਹੋ ਕਰੀਬ 1000 ਯੂਰੋ ਦਾ ਮਤਲਬ ਇਹ ਹੈ ਕਿ 82-83,000 ਰੁਪਇਆ ਮਹੀਨੇ ਦਾ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਅੱਜ ਪੰਜਾਬ ਦੇ ਵਿੱਚ BEd MEd ਪੜ੍ਹੇ ਟੀਚਰ 10-12,000 ਰੁਪਇਆ ਕਮਾ ਰਹੇ ਨੇ 12ਵੀਂ ਪਾਸ ਗ੍ਰੈਜੂਏਟ ਇੱਥੇ ਤੁਸੀਂ ਕੋਈ ਬੈਂਕਿੰਗ ਜੋਬ ਕੀਤੀ ਹੈ BEd ਕੀਤੀ MEd ਕੀਤੀ ਕੁਛ ਵੀ ਕੀਤਾ ਬਾਹਰ ਜਾਣਾ ਚਾਹੁੰਦੇ ਹੋ ਯੂਰਪ 'ਚ ਯੂਰੋ ਕਮਾਉਣਾ ਚਾਹੁੰਦੇ ਹੋ ਤਾਂ GNK ਓਵਰਸੀਜ਼ ਨੂੰ ਸੰਪਰਕ ਕਰ ਸਕਦੇ ਹੋ ਫਿਲਹਾਲ ਆ ਚਾਹੁੰਦੇ ਗੁਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਜੀਤ ਸਿੰਘ ਹੈ ਮੈਂ ਜੀ ਪਟਿਆਲੇ ਤੋਂ ਰਹਿਣ ਵਾਲਾ ਹਾਂ ਅਤੇ ਮੈਂ 2015 ਵਿੱਚ ਆਪਣੀ ਪਲੱਸ 2 ਕੀਤੀ ਸੀ ਅਤੇ ਉਸ ਤੋਂ ਬਾਅਦ ਆਈਲੈਟਸ ਕੀਤੀ ਪਰ ਕੁਝ ਕਾਰਨਾਂ ਕਰਕੇ ਮੇਰਾ 2 ਵਾਰੀ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਿਆ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਫਿਰ ਇੱਕ ਦਿਨ ਮੈਂ ਫੇਸਬੁੱਕ 'ਤੇ GNK ਓਵਰਸੀਜ਼ ਬਾਰੇ ਦੇਖਿਆ ਅਤੇ ਇਹਨਾਂ ਨੂੰ ਮੈਂ ਕਾਲ ਕੀਤੀ ਗੁਰਪ੍ਰੀਤ ਸਰ ਨੂੰ ਕਾਲ ਕੀਤੀ ਅਤੇ ਇਹਨਾਂ ਨੂੰ ਅਪੁਆਇੰਟਮੈਂਟ ਬੁੱਕ ਕੀਤੀ ਅਤੇ ਮੈਂ ਅੱਜ ਤੋਂ 20 ਦਿਨ ਪਹਿਲਾਂ ਇਹਨਾਂ ਕੋਲ ਆਇਆ ਇਹਨਾਂ ਨੇ ਮੈਨੂੰ ਚੰਗੀ ਸਲਾਹ ਦਿੱਤੀ ਇਹਨਾਂ ਨੇ ਸਿੰਗਾਪੁਰ ਵਾਸਤੇ ਸਲਾਹ ਦਿੱਤੀ ਤਾਂ ਮੈਂ ਆਪਣੇ ਸਿੰਗਾਪੁਰ ਵਾਸਤੇ ਅਪਲਾਈ ਕੀਤਾ ਇਸ ਤੋਂ 20 ਦਿਨ ਪਹਿਲਾਂ ਇਹਨਾਂ ਕੋਲ ਆਇਆ ਸੀ ਅਤੇ ਅੱਜ ਮੇਰਾ ਪੂਰੇ 20 ਦਿਨਾਂ ਬਾਅਦ ਮੈਂ ਆਇਆ ਇੱਥੇ ਸਿਰਫ ਆਪਣਾ ਵੀਜ਼ਾ ਕਲੈਕਟ ਕਰਨ ਵਾਸਤੇ ਆ ਦੇਖੋ ਮੇਰਾ ਵੀਜ਼ਾ ਵਿਦਿਨ ਆਫ 20 ਡੇਜ਼ ਆਈ ਗੋਟ ਮਾਈ ਵੀਜ਼ਾ ਦੈਨ ਕਿਸੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹਨਾਂ ਨੇ ਮੇਰੇ ਤੋਂ 1 ਰੁਪਈਆ ਬਿਨਾਂ ਐਡਵਾਂਸ ਲਿੱਤੇ ਕੰਮ ਕੀਤਾ ਹੈ ਅਤੇ ਅੱਜ ਆਪਣੀ ਸਿਰਫ ਮੈਂ ਕਾਲਜ ਫੀ ਪੇ ਕੀਤੀ ਹੈ ਸਿਰਫ ਅਤੇ ਇੰਨਾ ਸਾਰਾ ਐਡਵਾਂਸ ਫੀ ਕਰਦਾ ਇੱਥੇ ਕੋਈ ਵੀ ਵੱਡਾ ਪੈਕੇਜ ਨਹੀਂ ਲੈਂਦੇ ਨਾ ਕੋਈ ਪੈਕੇਜ ਹੈਗਾ ਅਤੇ ਸੋ ਕਿਸੇ ਵੀਰ ਭੈਣ ਨੇ ਆਪਣਾ ਕਿਸੇ ਵੀ ਦੇਸ਼ ਦਾ ਅਪਲਾਈ ਕਰਨਾ ਹੋਏ ਸੋ ਇਹਨਾਂ ਨੂੰ ਮਿਲੋ ਅਤੇ ਇਹਨਾਂ ਨਾਲ ਰਾਬਤਾ ਕਾਇਮ ਕਰੋ ਧੰਨਵਾਦ ਜੀ ਮੇਰਾ ਨਾਮ ਰਜੀਵ ਸਿੰਘ ਮੈਂ ਹੁਸ਼ਿਆਰਪੁਰ ਸਿਟੀ ਦਾ ਰਹਿਣ ਵਾਲਾ ਹਾਂ ਪਹਿਲਾਂ ਮੈਂ ਆਸਟ੍ਰੇਲੀਆ ਕੰਟਰੀ ਲਈ ਅਪਲਾਈ ਕੀਤਾ ਸੀ ਜਲੰਧਰ ਵਿੱਚ ਬਟ ਮੇਰਾ ਕੇਸ ਰਿਫਿਊਜ਼ ਹੋ ਗਿਆ ਆਫਟਰ ਮੈਂ ਨਿਊਜ਼ੀਲੈਂਡ ਲਈ ਅਪਲਾਈ ਕੀਤਾ ਉੱਥੇ ਵੀ ਮੇਰਾ ਕੇਸ ਰਿਫਿਊਜ਼ ਹੋ ਗਿਆ ਆਫਟਰ ਮੈਨੂੰ ਫੇਸਬੁੱਕ ਜ਼ਰੀਏ GNK ਓਵਰਸੀਜ਼ ਦਾ ਪਤਾ ਲੱਗਾ ਮੈਂ ਗੁਰਪ੍ਰੀਤ ਸਰ ਹੁਣਾਂ ਦਾ ਪਤਾ ਲੱਗਾ ਅਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੈਂ ਇੱਥੋਂ ਫਿਰ ਸਿੰਗਾਪੁਰ ਜਾਣ ਲਈ ਇਹ ਮੇਰਾ ਇਰਾਦਾ ਸੀ ਅਤੇ ਮੈਂ ਇਹਨਾਂ ਤੋਂ ਸਿੰਗਾਪੁਰ ਲਈ ਆਪਣੀ ਫਾਈਲ ਅਪਲਾਈ ਕਰਾਈ ਇਹ ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਨੇ ਮੇਰੇ ਤੋਂ 1 ਰੁਪਇਆ ਐਡਵਾਂਸ ਨਹੀਂ ਲਿਆ ਸਾਰਾ ਪੈਸਾ ਮੇਰੇ ਤੋਂ ਆਫਟਰ ਵੀਜ਼ਾ ਲਿਆ ਅਤੇ ਫਿਰ ਜਿਹੜਾ ਵੀਜ਼ਾ ਹੈ ਉਹ ਮੇਰਾ 15-20 ਦਿਨਾਂ ਦੇ ਵਿੱਚ ਆ ਗਿਆ ਜੇਕਰ ਤੁਸੀਂ ਵੀ ਇਹ ਬਾਹਰ ਦੇਸ਼ ਕਿਸੇ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ GNK ਓਵਰਸੀਜ਼ ਗੁਰਪ੍ਰੀਤ ਸਰਾਂ ਨੂੰ ਆ ਕੇ 1 ਵਜੇ ਜ਼ਰੂਰ ਮਿਲੋ